वंस अगेन सारयां नूं सत श्री अकाल कहना है, जी आया कहना, निघा स्वागत करदा रेडियो वैसे दे परिवार विच अज सारयां दा। जिस तरह की वादे करदे आ कि साडे नाल हमेशा दी तरह एक पंजाब दी महान शख्सियत, एक नवी रूह, नवी आवाज नूं लैके जुड़दे आ रेडियो वैसे दे परिवार विच, इस तरह ही अज फिर जुड़ चुके हां तुहाडे नाल रेडियो विरसा, विरसे दे वारसां दे नाल, ते करांगे अज गल्लबात। ते मेरे नाल अज साडे विरसे दे वारस ने एस धामी वीर जी, बहुत ही प्यारा ट्रैक जिन्हां दा आया जट दा कुर्ता, ते कुर्ता ट्रैक तुसीं एंजॉय भी कीता होगा, तो बहुत बहुत पूरा पूरा एंजॉय कीता अज रेडियो विरसे ते। ते बिल्कुल जी वीर साडे नाल स्टूडियो विच पहुंच चुके ने, तो उन्हां नूं जी आयां कहिंदे आ ते निघा स्वागत करदे आ अज दे इस प्रोग्राम विच। ते सति श्री अकाल एस धामी वीर जी, जी आयां कहिंदे आ, लंघियो रेडियो विरसे दे विड़े विच, सति श्री अकाल। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਸਰੋਤਿਆਂ ਨੂੰ। ਤਾਂ ਬਹੁਤ ਹੀ ਵਧੀਆ ਗੱਲ ਹੈ ਵੀਰ ਜੀ, ਤੁਹਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ, ਕਿਆ ਬਾਤ ਹੈ ਜੀ, ਬਹੁਤ ਚਾਹੁਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਿਆ ਜੀ ਸਾਡੇ ਵੀਰ ਇਸ ਧਾਮੀ ਜੀ ਨੇ, ਤੇ ਬਹੁਤ ਬਹੁਤ ਸ਼ੁਕਰੀਆ ਵੀਰ ਜੀ। ਤੇ ਨਾਲ ਦੀ ਨਾਲ ਦੋਸਤਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਮੇਰੀਆਂ ਲਾਈਨਸ ਆ ਓਪਨ ਕਰ ਰਹੇ ਹਾਂ, ਤੇ ਤੁਸੀਂ ਮੈਨੂੰ ਰਿਕੁਐਸਟ ਭੇਜ ਸਕਦੇ ਹੋ, ਮੈਸੇਜ ਭੇਜ ਸਕਦੇ ਹੋ, ਤੇ ਕੋਲ ਨਾ ਕਰਿਓ, ਤੇ ਕਿਉਂਕਿ ਸਾਡੇ ਨਾਲ ਇਸ ਧਾਮੀ ਵੀਰ ਜੀ ਬਣੇ ਹੋਏ ਨੇ, ਉਹਨਾਂ ਨਾਲ ਗੱਲਾਂ ਬਾਤਾਂ ਹੋਣਗੀਆਂ, ਤਾਂ ਮੈਸੇਜ ਤੁਹਾਡੇ ਮੈਂ ਜ਼ਰੂਰ ਰੀਡ ਕਰਨ ਦੀ ਕੋਸ਼ਿਸ਼ ਕਰਾਂਗਾ, ਤੇ ਜ਼ਰੂਰ। ਤੇ ਇਸ ਧਾਮੀ ਵੀਰ ਜੀ, ਮੈਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਸਵਾਲ ਕਰਨਾ ਚਾਹੂੰਗਾ ਕਿ ਜਿਸ ਤਰ੍ਹਾਂ ਕਿ ਤੁਸੀਂ ਤੁਹਾਡਾ ਨਾਮ ਆ ਇਸ ਧਾਮੀ ਨਾਲ ਬੁਲਾਇਆ ਜਾਂਦਾ, ਤੇ ਇਸ ਧਾਮੀ ਤੋਂ ਪਹਿਲਾਂ ਕਿਹੜੇ ਨਾਮ ਨਾਲ ਇੱਕ ਪਿਆਰਾ ਜਿਹਾ ਨਾਂ ਜੋ ਸਾਡੇ ਮਾਪਿਆਂ ਨੇ ਦਿੱਤਾ ਗੁਣਗੁਣਾਇਆ ਜਾਂਦਾ ਸੀ, ਔਰ ਕਿਹੜੇ ਨਾਂ ਦੇ ਨਾਲ ਸਕੂਲ ਦੇ ਵਿੱਚ ਬੁਲਾਇਆ ਜਾਂਦਾ ਸੀ? ਹਾਂਜੀ, ਮੇਰਾ ਸ਼ੁਭ ਨਾਮ ਹੈ ਸਰਨਜੀਤ ਸਿੰਘ ਧਾਮੀ, ਤੇ ਮਾਪਿਆਂ ਵੱਲੋਂ ਸੰਜੂ ਨਾਮ ਬਹੁਤ ਪਿਆਰ ਨਾਲ ਮਿਲਾਇਆ ਜਾਂਦਾ ਸੀ, ਤੇ ਇਸ ਤੋਂ ਬਾਅਦ ਹੀ ਮੈਨੂੰ ਤੁਹਾਡੇ ਸਾਰੇ ਸਰੋਤਿਆਂ ਦੀ ਸਾਰੇ ਸਰੋਤਿਆਂ ਤੋਂ ਇਸ ਧਾਮੀ ਇਹ ਨਾਮ ਮਿਲਿਆ। ਵਾਹ ਜੀ ਵਾਹ, ਕਿਆ ਬਾਤ ਹੈ ਜੀ। ਤੇ ਇਸ ਧਾਮੀ ਜਿਹੜਾ ਨਾਮ ਆ ਵੀਰ ਜੀ, ਤੇ ਸੰਜੂ, ਤੇ ਇਸ ਧਾਮੀ ਵਿੱਚ ਨਿੱਕ ਨੇਮ ਸੰਜੂ, ਤੇ ਸੰਜੂ ਤੁਹਾਡੇ ਸਕੂਲ ਦੇ ਫਰੈਂਡਸ ਸਾਰੇ ਯੂਜ਼ ਕਰਦੇ ਹੋਣਗੇ, ਤਾਂ ਉਸ ਤੋਂ ਬਾਅਦ ਤੁਹਾਡਾ ਨਾਮ ਜਿਹੜਾ ਇਸ ਧਾਮੀ, ਇਸ ਧਾਮੀ ਨਾਮ ਮਤਲਬ ਕਦੋਂ ਤੋਂ ਮਤਲਬ ਤੁਸੀਂ ਹੋਂਦ ਵਿੱਚ ਆ ਗਿਆ ਕਿ ਇਸ ਧਾਮੀ ਨਿੱਕ ਨੇਮ ਚੱਲੂਗਾ? ਬਾਈ ਜੀ, ਪਹਿਲਾਂ ਸੰਜੂ ਨਾਮ ਹੀ ਚੱਲਦਾ ਸੀ ਸਕੂਲ ਟਾਈਮ ਦੇ ਵਿੱਚ, ਸਾਰੇ ਪਿਆਰ ਨਾਲ ਸੰਜੂ ਸੰਜੂ ਕਹਿਣਾ, ਸਾਰਿਆਂ ਨੇ ਸੌਂਗ ਵੀ ਸੁਣਨੇ, ਜਦੋਂ ਕੋਈ ਸੌਂਗ ਸੁਣਨਾ ਵੀ ਬਾਈ ਸੰਜੂ ਤੋਂ ਸੁਣਨਾ, ਸੰਜੂ ਤੋਂ ਸੁਣਨਾ। ਤੇ ਇਸ ਧਾਮੀ ਨਾਮ ਮੈਨੂੰ ਸਾਡੇ ਮਿਊਜ਼ਿਕ ਡਾਇਰੈਕਟਰ ਅਮਦਾਦ ਅਲੀ ਜੀ ਤੇ ਬਾਈ ਪਾਲ ਹਰੀਕਾ ਜੀ ਬਹੁਤ ਪਿਆਰੇ ਮਿੱਤਰ ਨੇ, ਜਿਨ੍ਹਾਂ ਨੇ ਕਿ ਕਿਹਾ ਜਦੋਂ ਜੱਟ ਦਾ ਕੁੜਤਾ ਟਾਕੀਆਂ ਵਾਲਾ ਨਵਾਂ ਸਵਾਇਆ ਨਹੀਂ ਜਾਂਦਾ, ਰਿਕਾਰਡਿੰਗ ਹੋਣੀ ਸੀ ਸੌਂਗ ਦੀ, ਉੱਥੇ ਸਟੂਡੀਓ ਵਿੱਚ ਅਮਦਾਦ ਭਾਜੀ ਨੇ, ਅਮਦਾਦ ਅਲੀ ਜੀ ਨੇ ਮਿਊਜ਼ਿਕ ਡਾਇਰੈਕਟਰ ਨੇ ਆਪਣੇ, ਉਹਨਾਂ ਨੇ ਇਹ ਨਾਮ ਮੈਨੂੰ ਦਿੱਤਾ ਵੀ ਤੁਹਾਡਾ ਨਾਮ ਸ਼ਰਨਜੀਤ ਸਿੰਘ ਧਾਮੀ ਤੋਂ ਇਸ ਧਾਮੀ ਰੱਖਿਆ ਜਾਏਗਾ ਜੀ। ਵਾਹ ਜੀ ਵਾਹ, ਕਿਆ ਬਾਤ ਹੈ ਜੀ, ਬਹੁਤ ਹੀ ਵਧੀਆ ਗੱਲ ਹੈ ਵੀਰ ਜੀ। ਤੇ ਇਸ ਧਾਮੀ, ਜਿਸ ਦੇ ਨਾਲ ਤੁਹਾਡੀ ਇੱਕ ਪਹਿਚਾਣ ਮਾਰਕੀਟ ਦੇ ਵਿੱਚ ਸਾਰਿਆਂ ਨਾਲ ਇਸ ਧਾਮੀ, ਇਸ ਧਾਮੀ ਦੇ ਨਾਲ ਹੋਣ ਲੱਗੀ ਜੀ। ਤੇ ਬਿਲਕੁਲ, ਤੇ ਵੀਰ ਜੀ ਮੈਂ ਪੁੱਛਣਾ ਚਾਹੂੰਗਾ ਕਿ ਤੁਹਾਡੇ ਪਿਆਰੇ ਜਿਹੇ ਮਾਤਾ ਪਿਤਾ ਜਿਨ੍ਹਾਂ ਨੇ ਸਾਡੇ ਵੀਰ ਧਾਮੀ ਨੂੰ ਜਨਮ ਦਿੱਤਾ ਔਰ ਗੁਣਗੁਣਾਉਣਾ ਸਿਖਾਇਆ, ਉਹਨਾਂ ਬਾਰੇ ਕੁਝ ਪਤਾ ਕਰਨਾ ਚਾਹਾਂਗੇ, ਜਾਣਕਾਰੀ ਲੈਣਾ ਚਾਹਾਂਗੇ ਕਿ ਉਹਨਾਂ ਬਾਰੇ ਥੋੜਾ ਜਿਹਾ ਜਾਣਕਾਰੀ ਦੇਵੋ ਉਸ ਪਿਆਰੇ ਪਿਆਰੇ ਮਾਮ ਡੈਡ ਲਈ ਜਿਨ੍ਹਾਂ ਨੇ ਇੱਕ ਇਸ ਧਾਮੀ ਨੂੰ ਬਹੁਤ ਹੀ ਪਿਆਰੇ ਪਿਆਰੇ ਬੋਲ ਗੁਣਗੁਣਾਉਣੇ ਸਿਖਾਏ, ਤੇ ਉਹਦੇ ਬਾਰੇ ਥੋੜਾ ਜਿਹਾ ਦੱਸੋ ਸਾਨੂੰ। ਹਾਂਜੀ ਭਾਜੀ, ਹਰ ਇੱਕ ਬੱਚੇ ਲਈ ਪਰਮਾਤਮਾ ਹੀ ਆਪਣੇ ਮਾਤਾ ਪਿਤਾ ਹੁੰਦੇ ਨੇ, ਤੇ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਮਨਜੀਤ ਸਿੰਘ ਧਾਮੀ ਤੇ ਮਾਤਾ ਜੀ ਸ਼੍ਰੀ ਅਮਰਜੀਤ ਕੌਰ ਧਾਮੀ ਜੀ, ਤੇ ਇਹਨਾਂ ਨੇ ਮੈਨੂੰ ਬਹੁਤ ਪਿਆਰ ਸਤਿਕਾਰ ਦਿੱਤਾ, ਸ਼ੁਰੂ ਤੋਂ ਹੀ ਮੈਨੂੰ ਇਸ ਗਾਇਕੀ ਵੱਲ ਇਹਨਾਂ ਨੇ ਖਿੱਚ ਕੇ ਰੱਖਿਆ, ਪੂਰੀ ਸਪੋਰਟ ਕਰਦੇ ਸੀ, ਕਿਤੇ ਵੀ ਕੋਈ ਫੰਕਸ਼ਨ, ਕੋਈ ਪ੍ਰੋਗਰਾਮ, ਕੋਈ ਯੂਥ ਫੈਸਟੀਵਲ ਹੁੰਦਾ ਸੀ, ਇਹਨਾਂ ਨੇ ਨਾਲ ਜਾਣਾ, ਨਾਲ ਜਾ ਕੇ ਉੱਥੇ ਮੈਨੂੰ ਸਪੋਰਟ ਕਰਨਾ, ਨਾਲ ਗਵਾਉਣਾ, ਤੇ ਬਹੁਤ ਹੌਸਲਾ ਵਧਾਈ, ਸਾਰਾ ਕੁਝ ਹੀ ਮੈਂ ਇਹਨਾਂ ਨੂੰ ਡੈਡੀਕੇਟ ਕਰਦਾ, ਪੂਰੀ ਲਾਈਫ ਮੈਂ ਇਹਨਾਂ ਦਾ ਦੇਣ ਸਾਰੀ ਉਮਰ ਨਹੀਂ ਦੇ ਸਕਦਾ ਜੀ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਮਾਪਿਆਂ ਦਾ ਤੇ ਆਪਣੇ ਪਰਮਾਤਮਾ ਦਾ, ਮਾਪੇ ਤੇ ਪਰਮਾਤਮਾ ਮੇਰੇ ਲਈ ਦੋਨੇ ਹੀ ਇੱਕ ਹਨ। ਵਾਹ ਜੀ ਵਾਹ, ਕਿਆ ਬਾਤ ਹੈ ਜੀ, ਬੜੀ ਉੱਚੀ ਗੱਲ ਕਹਿ ਗਏ ਹੋ ਧਾਮੀ ਵੀਰ ਜੀ, ਕਿ ਬਹੁਤ ਹੀ ਉੱਚੀ ਗੱਲ ਕਹਿ ਗਏ ਹੋ, ਇੱਕ ਮਾਂ ਪਿਓ ਨੂੰ ਅਸੀਂ ਸਲੂਟ ਕਰਦੇ ਹਾਂ ਜਿਨ੍ਹਾਂ ਨੇ ਤੁਹਾਨੂੰ ਇਹਨੇ ਜਨਮ ਦਿੱਤਾ, ਇੰਨੀਆਂ ਵਧੀਆ ਸ਼ਖਸੀਅਤ ਦਿੱਤੀ, ਸਲੂਟ ਆ ਜੀ ਉਹਨਾਂ ਦੇ ਚਰਨਾਂ ਵਿੱਚ ਰੇਡੀਓ ਵਿਰਸੇ ਦੇ ਪਰਿਵਾਰ ਦਾ, ਤੇ ਉਹਨਾਂ ਨੂੰ ਚੜ੍ਹਦੀ ਕਲਾਵਾਂ 'ਚ ਲੱਗੇ ਰੱਖੇ, ਤੱਤੀ ਭਾਵ ਨਾ ਲੱਗੇ, ਤੇ ਬਹੁਤ ਹੀ ਵਧੀਆ ਗੱਲ। ਧਾਮੀ ਵੀਰ ਜੀ, ਕਿ ਜਿਸ ਤਰ੍ਹਾਂ ਤੁਹਾਨੂੰ ਮਾਮ ਡੈਡੀ ਨੇ ਇੱਕ ਵਧੀਆ ਨਾਮ ਦਿੱਤਾ, ਤੇ ਇਹਦੇ ਨਾਲ ਨਾਲ ਅਸੀਂ ਛੋਟਾ ਜਿਹਾ ਸਵਾਲ ਤੁਹਾਡੇ ਕੋਲ ਰੱਖਣਾ ਚਾਹਾਂਗੇ ਕਿ ਸਾਡੇ ਵੀਰ ਇਸ ਧਾਮੀ ਦਾ
किस धरती दे उते गुनगुनाते रहे ने जिथे फ्लोर ते मिट्टी उते खेड़दे रहे ने वो केड़ी धरती है जिथे तुसी जन्म लिया? हाँ जी डिस्ट्रिक्ट पटियाला पिंड पापड़ा अपना इत्थे ही अपना जन्म होया जी ते इत्थे ही मापिया ने उंगल फड़ के तुरना सिखाया रहना सिखाया गुनगुनाना सिखाया उसी ही गुनगुनाउंदी आवाज विचों एक परमात्मा की मेहर नाल एक गला तैयार किया जिस नाल मैनूं इह आवाज मिली जो कि श्रोतियां नूं बहुत बहुत पसंद आ रही है ते मैं सारा दा बहुत बहुत धन्यवाद करदा। वाह जी वाह क्या बात है जी, बहुत बहुत धन्यवाद करते हैं जी। असीं भी उस धरती नूं सजदा करते हैं जिथे साडे वीर नूं एक वधिया एक गायकी दे समुंदर वल लिखिया गया और उस वल दे उस दा जिहड़ा लगाओ सी उस पल नूं मोहित हुंदा गया वधदा गया एक म्यूजिक दी गहराई वल नूं ते जिसका तालमेल और नाप तोलिया नहीं जा सकता। ते बहुत ही वधिया गल कीती तुसीं वीर जी कि जिस तरह तुसीं इस लाइन नूं एक सिंगिंग लाइन दे समुंदर दी गल करदे आ कि इसकी गहराई बहुत डूंगी आ और इसका जिहड़ा मेल आ इसका इहनूं नापिया नहीं जा सकता इसका आकार ਤਾਂ ਇੱਕ ਉਹ ਸਮੁੰਦਰ ਆ ਜਿਸ ਵਿੱਚੋਂ ਬਹੁਤ ਹੀ ਕੁਝ ਸਿੱਖਣ ਨੂੰ ਮਿਲਦਾ ਔਰ ਸਾਰੀ ਜ਼ਿੰਦਗੀ ਅਸੀਂ ਸਿੱਖੀ ਜਾਂਦੇ ਹਾਂ। ਤੇ ਮੈਂ ਪੁੱਛਣਾ ਚਾਹੂੰਗਾ ਕਿ ਇਹ ਜਿਹੜੇ ਸਾਡੇ ਵੀਰ ਇਸ ਧਾਮੀ ਨੂੰ ਇਹ ਸ਼ੌਂਕ ਪਿਆ ਇਹ ਮਤਲਬ ਕਿਸ ਤਰੀਕ ਤੋਂ ਕਿਹੜੇ ਆਈਡੀ ਤੋਂ ਜਾਂ ਕਿਹੜੀ ਏਜ ਤੋਂ ਤੁਸੀਂ ਉਹ ਗੁਣਗੁਣਾਉਣਾ ਸ਼ੁਰੂ ਕਰ ਦਿੱਤਾ ਸੀ ਜਿਹੜਾ ਤੁਹਾਡਾ ਜਿਹੜਾ ਸਿੰਗਿੰਗ ਲਾਈਨ ਦਾ ਰੁਝਾਨ ਵੱਧਦਾ ਗਿਆ ਉਸ ਚੀਜ਼ ਬਾਰੇ ਚਾਨਣਾ ਪਾਓ? ਹਾਂਜੀ ਭਾਜੀ ਮੈਂ ਦੱਸਣਾ ਚਾਹੂੰਗਾ ਕਿ ਜਦੋਂ ਮੈਨੂੰ ਸੁਸਤ ਵੀ ਨਹੀਂ ਸੀ ਉਸ ਟਾਈਮ ਹੀ ਮੈਂ ਸਕੂਲੋਂ ਹਾਂ ਜੋ ਮਾਤਾ ਜੀ ਟੀਫਨ ਦਿੰਦੇ ਸੀ ਉਸਦੀ ਢੋਲਕੀ ਬਣਾ ਲੈਣੀ ਤੇ ਸਕੂਲੋਂ ਘਰ ਤੱਕ ਗਾਉਂਦੇ ਆਉਣਾ। ਜਿਸ ਤੱਕ ਮੈਨੂੰ ਯਾਦ ਆ ਮੇਰੀ ਥਰਡ ਫੋਰਥ ਕਲਾਸ ਸੀ ਉੱਥੋਂ ਬਾਈ ਜੀ ਮੈਂ ਮਿਲ ਕੇ ਸਕੂਲੋਂ ਮੈਂ ਟੀਫਨ ਦੇ ਨਾਲ ਬਜਾਉਣਾ ਤੇ ਗਾਉਂਦੇ ਆਉਣਾ ਤੇ ਘਰਦਿਆਂ ਨੂੰ ਸਾਰੇ ਨੇਬਰ ਸੀਗੇ ਸਾਰਿਆਂ ਨੇ ਦੱਸਣਾ ਵੀ ਤੁਹਾਡਾ ਮੁੰਡਾ ਸਕੂਲੋਂ ਗਾਉਂਦਾ ਆਉਂਦਾ ਵੀ ਘਰੋਂ ਘਰੋਂ ਤੱਕ ਆ ਕੇ ਵੀ ਨੀ ਹਟਦਾ ਕਰੀ ਵੀ ਮੈਂ ਗੌੜੇ ਬਾਈ ਜੀ ਵੜਨਾ ਸੀ ਮੈਨੂੰ ਯਾਦ ਉਹ ਗੱਲ ਤੇ ਬਹੁਤ ਸਾਰਿਆਂ ਨੇ ਪ੍ਰੇਮ ਪਿਆਰ ਦੇਣਾ ਛੋਟੇ ਹੁੰਦੇ ਜੀ। ਕਿਆ ਬਾਤ ਹੈ ਜੀ, ਤਾਂ ਸਕੂਲੋਂ ਵੀਰ ਜੀ ਕਿਹੜੀ ਚੀਜ਼ ਸਕੂਲੋਂ ਜਾਂ ਸਕੂਲੋਂ ਬੱਸ ਦੇ ਵਿੱਚ ਉਸ ਟਾਈਮ ਤਾਂ ਜਾਂ ਤੁਸੀਂ ਪੜ੍ਹਦੇ ਸੀ ਸਲੇਟ ਹੱਥ ਆ ਜਾਂਦੀ ਸੀ ਜਾਂ ਅੱਛਾ ਜਿਹੜਾ ਖਾਣੇ ਵਾਲਾ ਟਫਨ ਸੀਗਾ ਤੇ ਉਹ ਹੀ ਮਤਲਬ ਐਨ ਗਟਾਰਾਂ ਨੂੰ ਵੱਜਦਾ ਸੀ ਤਪਲੀ ਵਾਂਗੂ? ਹਾਂਜੀ ਹਾਂਜੀ ਭਾਜੀ ਬਸ ਟੀਫਨ ਹੁੰਦਾ ਸੀ ਟੀਫਨ ਦੀ ਢੋਲਕੀ ਬਣਾ ਲੈਣੀ ਗੀਤ ਗਾਈ ਜਾਣੇ ਗੁਰਦਾਸ ਮਾਨ ਜੀ ਦੇ ਗੀਤ ਗਾਉਣੇ ਆਏ ਹਾਏ ਆਏ ਹਾਏ। ਤੇ ਵੀਰ ਜੀ ਕੋਈ ਸੁਣਾਓ ਨਾ ਕੋਈ ਗੀਤ ਜਦ ਸਕੂਲੋਂ ਆਉਂਦੇ ਹੁੰਦੇ ਸੀ ਉਹ ਵੇਲਾ ਥੋੜਾ ਯਾਦ ਕਰਾਓ ਕਿ ਕਿਸ ਤਰੀਕੇ ਦਾ ਸੀਗਾ ਬਈ ਸਕੂਲੋਂ ਨਿਕਲਣਾ ਤੇ ਸਾਡਾ ਵੀਰ ਇਸ ਧਾਮੀ ਇੱਕ ਮਿਊਜ਼ਿਕ ਵਿੱਚ ਇਸ ਗਹਿਰਾਈ ਵੱਲ ਨੂੰ ਵੱਧਦਾ ਜਾਂਦਾ ਸੀ ਤੇ ਕਿਸੇ ਦੀ ਨਹੀਂ ਗੱਲ ਬਸ ਜੋ ਵੀਰ ਨੇ ਕਰਨਾ ਗਾਈ ਜਾਣਾ ਆਪਣਾ ਮਨ ਖੁਸ਼ ਕਰਨਾ ਘਰ ਤੱਕ ਤੇ ਉਹਦੇ ਬਾਰੇ ਕੁਝ ਬੋਲ ਕੁਝ ਨਾ ਕੁਝ ਗੁਣ ਕੇ ਸੁਣਾਓ ਕਿ ਸਾਡਾ ਵੀਰ ਕਿੱਥੋਂ ਸਟਾਰਟਿੰਗ ਹੋਈ? ਹਾਂਜੀ ਮੈਨੂੰ ਸਾਗਰ ਕੋਟੀ ਦਾ ਗੀਤ ਯਾਦ ਆ ਮਤਲਬ ਕਿ ਮੈਂ ਪਹਿਲਾਂ ਕੋਲੈਬੋਰੇਸ਼ਨ ਬਹੁਤ ਗਈ ਆਪਣਾ ਗੁਰਦਾਸ ਮਾਨ ਜੀ ਸੁਸ਼ਿੰਦਰ ਸ਼ਿੰਦਾ ਜੀ ਇਹਨਾਂ ਦਾ ਸੌਂਗ ਆਇਆ ਸੀ ਕੋਲੈਬੋਰੇਸ਼ਨ ਉਹ ਬਹੁਤ ਗਾਇਆ ਤੇ ਉਸ ਤੋਂ ਬਾਅਦ ਮੈਨੂੰ ਕੁਛ ਯਾਦ ਆ ਵੀ ਆਪਣੇ ਸਾਗਰ ਕੋਟੀ ਦਾ ਸੌਂਗ ਸੀਗਾ ਉਹ ਮੈਂ ਤੁਹਾਨੂੰ ਦੋ ਲਾਇਨਾਂ ਜ਼ਰੂਰ ਸੁਣਾਊਂਗਾ ਵੀ ਮੈਂ ਗੁਣਗੁਣਾਉਂਦੇ ਆਉਣੀ ਆ ਗਾਉਂਦੇ ਉੱਚੀ ਗਾਉਣ ਵਾਲਾ ਭਾਜੀ ਬਹੁਤ ਉਹ ਮੈਂ ਤੁਹਾਨੂੰ ਜ਼ਰੂਰ ਸੁਣਾਊਂਗਾ ਹੁਣ ਜੀ। ਹਾਂਜੀ ਜੀ ਜ਼ਰੂਰ ਜੀ ਸੁਣਾਓ। ਜੇ ਅੱਗ ਲਾਇਆ ਹੀ ਸੜਨੀ ਸੀ ਤੇਰੇ ਖਤਾ ਨਾਲ ਸੜ ਜਾਣੀ ਸੀ ਜੇ ਪਾਣੀਆਂ ਦੇ ਵਿੱਚ ਹੜਨੀ ਸੀ ਤੇਰੀ ਪੋਤੋ ਨਾਲ ਹੜ ਜਾਣੀ ਸੀ ਤੇਰੇ ਸਾਰੇ ਵਾਦੇ ਟੁੱਟ ਗਏ ਨੇ ਸਾਰੇ ਵਾਦੇ ਟੁੱਟ ਗਏ ਨੇ ਸਾਡੀ ਆਸੀਬਤ ਪੈਣਾ ਬਾਕੀ ਜਿਹਦੇ ਵਿੱਚ ਤੇਰੀ ਯਾਦ ਪਈ ਦਿਲ ਕੱਢ ਕੇ ਸੁੱਟਣਾ ਬਾਕੀ ਜਿਹਦੇ ਵਿੱਚ ਤੇਰੀ ਯਾਦ ਪਈ ਦਿਲ ਕੱਢ ਕੇ ਸੁੱਟਣਾ ਬਾਕੀ। ਕਿਆ ਬਾਤ ਆ, ਸੁਪਰ ਲਾਈਨ ਵੀਰ ਜੀ, ਬਹੁਤ ਹੀ ਵਧੀਆ ਬਹੁਤ ਹੀ ਵਧੀਆ ਬਹੁਤ ਹੀ ਖੂਬ ਬਹੁਤ ਹੀ ਵਧੀਆ ਵੋਇਸ ਤੇ ਬਹੁਤ ਹੀ ਵਧੀਆ ਲੱਗਦਾ ਤਾਂ ਬਹੁਤ ਸਾਰੇ ਤੁਹਾਡੇ ਕੋਲ ਸੁਣਨੇ ਆ ਕੁਝ ਗੱਲਾਂ ਬਾਤਾਂ ਤੁਹਾਡੀਆਂ ਬਚਪਨ ਦੀਆਂ ਤੇ ਵੀਰ ਜੀ ਜਦੋਂ ਗੱਲ ਕਰਦੇ ਹੁੰਦੇ ਆ ਜਦੋਂ ਸੌਂਗ ਤੁਸੀਂ ਗਾਉਣ ਲੱਗੇ ਹੋ ਨਾ ਆਪਣਾ ਮਾਈਕ ਥੋੜਾ ਜਿਹਾ ਇਹਦਾ ਮੂੰਹ ਤੋਂ ਥੋੜਾ ਜਿਹਾ ਪਰੇ ਰੱਖਿਆ ਕਰੋ ਤੇ ਪਲੀਜ਼ ਤੇ ਆਵਾਜ਼ ਬਿਲਕੁਲ ਹੋਰ ਸਾਫ਼ ਆਊਗੀ ਤਾਂ ਬਹੁਤ ਹੀ ਵਧੀਆ ਤੇ ਬਹੁਤ ਹੀ ਨਾਈਸ ਲੱਗਾ ਵੀਰ ਜੀ। ਤੇ ਫਿਰ ਮਾਮ ਡੈਡ ਦਾ ਕੀ ਤੁਹਾਡੇ ਵੱਲ ਰੁਝਾਨ ਹੁੰਦਾ ਸੀ ਵੀ ਜਦੋਂ ਘਰ ਦੇ ਆਣ ਕੇ ਕਹਿੰਦੇ ਸੀਗੇ ਤਾਂ
ਉਹਦੇ ਬਾਰੇ ਦੱਸੋ ਕਿ ਲੋਕੀ ਕਹਿੰਦੇ ਸੀ ਕਿ ਹਾਂ ਬਈ ਇਹ ਤੁਹਾਡੇ ਮੁੰਡਾ ਤੇ ਆਉਣ ਕੇ ਸਕੂਲੋਂ ਗੋਦਾ ਹੀ ਆਉਂਦਾ ਜਾਂ ਫਲਾਣੇ ਥਾਂ ਬੈਠਾ ਆਇਆ ਜੇ ਘਰ ਉੱਪੜਿਆ ਨੀ ਤੇ ਉੱਥੇ ਦੇਖੋ ਜਾ ਕੇ ਡੱਬੇ ਵੀ ਆਉਣ ਡਿਆ ਹੋਣਾ ਟਫਨ। ਹਾਂਜੀ ਹਾਂਜੀ ਭਾਜੀ ਮੈਂ ਜਰੂਰ ਦੱਸਣਾ ਚਾਹੂੰਗਾ ਜੀ ਵੀ ਜਦੋਂ ਘਰੇ ਐਂਟਰ ਕਰਨਾ ਤੇ ਘਰਦਿਆਂ ਨੇ ਮਤਲਬ ਕਿ ਪਹਿਲਾਂ ਤਾਂ ਗਾਲਾਂ ਹੀ ਦੇਣੀਆਂ ਵੀ ਇੰਨਾ ਲੇਟ ਆਇਆ ਵੀ ਕਿੱਥੇ ਸੀ ਵੀ ਰੋਕੀ ਨੀ ਕਿਉਂਕਿ ਮੇਰੇ ਮਾਂ ਪਿਓ ਨੂੰ ਸਭ ਦੇ ਮਾਂ ਪਿਓ ਨੂੰ ਹੁੰਦਾ ਜੀ ਵੀ ਸਾਡਾ ਬੱਚਾ ਰੋਕੀ ਟਾਈਮ ਤੇ ਖਾਵੇ ਘਰ ਟਾਈਮ ਨਾ ਪੁੱਜੇ ਕਿਉਂਕਿ ਉਹ ਚਿੰਤਾ ਮਾਂ ਪਿਓ ਨੂੰ ਹੁੰਦੀ ਹੈ ਤੇ ਹੋਣੀ ਵੀ ਚਾਹੀਦੀ ਹੈ ਤੇ ਬੱਚੇ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਹਾਂ ਮਾਂ ਪਿਓ ਸੋਚਦੇ ਨੇ ਆਪਣੇ ਚੰਗੇ ਲਈ ਤੇ ਉਹਨਾਂ ਨੇ ਗਾਲਾਂ ਵੀ ਕੱਢਣੀਆਂ ਕਈ ਵਾਰ ਤਾਂ ਕੁੱਟ ਵੀ ਦੇਣਾ ਵੀ ਕਿੱਥੇ ਸੀ ਤੂੰ ਅਸੀਂ ਸਾਰੇ ਬੱਚੇ ਤੇਰੇ ਨਾਲ ਦੇ ਆ ਗਏ ਤੇ ਤੂੰ ਆਇਆ ਨੀ ਹੁਣ ਆਇਆ ਤਾਂ ਗਾਉਂਦਾ ਆ ਰਿਹਾ ਵੀ ਬਹੁਤ ਵਾਰ ਬਾਈ ਜੀ ਵੀ ਡਾਂਟ ਵੀ ਪੈਣੀ ਛਿੱਤਰ ਵੀ ਪੈਣੇ ਫਿਰ ਰੋਣਾ ਰੋ ਕੇ ਡੈਡੀ ਨੇ ਮਨਾਉਣਾ ਵੀ ਬੇਟਾ ਕੁਛ ਨੀ ਹੁੰਦਾ ਵੀ ਮਾਂ ਬਾਪ ਦੀਆਂ ਗਾਲਾਂ ਘਿਓ ਦੀਆਂ ਲਾਲ ਹਾਂ ਬਸ ਇਹੀ ਗੱਲ ਮਤਲਬ ਕਿ ਇਹੀ ਚੱਲਦਾ ਰਹਿੰਦਾ ਜੀ। ਕਿਆ ਬਾਤ ਹੈ ਵੀਰ ਜੀ, ਬਹੁਤ ਹੀ ਵਧੀਆ ਧਾਮੀ ਸਾਹਿਬ। ਤੇ ਧਾਮੀ ਵੀਰ ਜੀ ਮੈਂ ਪੁੱਛਣਾ ਚਾਹੁੰਗਾ ਕਿ ਸਾਡਾ ਧਾਮੀ ਵੀਰ ਇੱਕ ਛੋਟਾ ਹੁੰਦਾ ਗਾਉਂਦਾ ਗਾਉਂਦਾ ਬਹੁਤ ਪਿਆਰੀ ਲਾਈਫ ਜੀ ਇੰਜੋਏ ਕੀਤੀ, ਆਪਣੀ ਲਾਈਫ ਵਿੱਚ ਮਸਤ ਰਹਿਣਾ ਹਮੇਸ਼ਾ ਹੀ, ਤੇ ਇਹਦੇ ਨਾਲ ਨਾਲ ਇਹ ਪੁੱਛਣਾ ਚਾਹੁੰਗਾ ਜੀ ਸਾਡਾ ਧਾਮੀ ਵੀਰ ਕਿੰਨਾ ਕੁ ਨਟਖਟ ਸੀਗਾ ਪੜ੍ਹਾਈ ਵਿੱਚ ਵੀ, ਜਿੱਥੋਂ ਕਿ ਉਹਨੂੰ ਸਕੂਲ ਦੇ ਵਿੱਚ ਹਮੇਸ਼ਾ ਡਾਂਟ ਟੀਚਰਾਂ ਤੋਂ ਪੈਣੀ ਜਾਂ ਕਦੇ ਸਕੂਲ ਦਾ ਕੰਮ ਨੀ ਕਰਨਾ ਉਦੋਂ ਡਾਂਟ ਪੈਣੀ ਜਾਂ ਕਹਿਣਾ ਚਲੋ ਬਈ ਧਾਮੀ ਤੁਸੀਂ ਸਕੂਲ ਦਾ ਕੰਮ ਨੀ ਕੀਤਾ ਤੇ ਅੱਜ ਬਾਲ ਸਭਾ ਲੱਗ ਰਹੀ ਤੇ ਹੋ ਜਾ ਖੜਾ ਫਿਰ। ਹਾਂਜੀ ਭਾਜੀ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਆ ਵੀ ਇਸ ਲਾਈਨ ਦੀ ਗੱਲ ਆ ਜੀ। ਇੱਕ ਵਾਰ ਅਸੀਂ ਮਤਲਬ ਕਿ ਸਕੂਲ ਟਾਈਮ ਦੇ ਵਿੱਚ ਸਾਡੇ ਪ੍ਰਿੰਸੀਪਲ ਸਾਹਿਬ ਦੀ ਬੈਲ ਹੁੰਦੀ ਸੀਗੀ ਜੀ, ਅਸੀਂ ਚਿੰਗਮ ਖਾ ਰਹੇ ਸੀਗੇ ਸਾਰੇ ਸਟੈਂਡ ਤੇ, ਕੁਦਰਤੀ ਉਦੋਂ ਕੁਛ ਪ੍ਰੋਗਰਾਮ ਸੀਗਾ ਤੇ ਟੀਚਰ ਸਾਰੇ ਗਰਾਊਂਡ ਦੇ ਵਿੱਚ ਇਕੱਠੇ ਸੀ। ਅਸੀਂ ਨੇ ਕੀ ਕੀਤਾ ਬਾਈ ਜੀ, ਪ੍ਰਿੰਸੀਪਲ ਸਰ ਦੀ ਬੈਲ ਦੇ ਵਿੱਚ ਨਾ ਚਿੰਗਮ ਲਗਾਤੀ ਤੇ ਉਹ ਬੈਲ ਵੱਜਣੋਂ ਨਾ ਹਟੇ ਜੀ, ਬਹੁਤ ਮਤਲਬ ਕਿ ਬਹੁਤ ਫਨ ਕੀਤਾ ਹੋਇਆ ਉਹ ਲਾਈਫ ਦੇ ਵਿੱਚ ਹੀ। 8th 9th 10th ਤਾਂ ਸਾਡੀ ਏਦਾਂ ਗੁਜ਼ਰੀ ਹੈ ਜਿੱਦਾਂ ਮਤਲਬ ਕਿ BA 1st ਸੈਕਿੰਡ ਥਰਡ ਬਹੁਤ ਜ਼ਿਆਦਾ ਇੰਜੋਏ ਕੀਤਾ। ਸਰ ਨਾਲ ਉਹ ਦੇਖਣ ਨੂੰ ਵੱਡੇ ਲੱਗਦੇ ਸੀਗੇ, ਦਾੜੀ ਵਗੈਰਾ ਛੇਤੀ ਆ ਗਈ ਸੀਗੀ। ਟੀਚਰਾਂ ਨੇ ਕੀ ਕਰਨਾ ਜੀ, ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਾਤਰਾ ਖੜੇ ਹੋਏ ਇੱਥੇ ਹੀ ਨਰਸਰੀ ਤੋਂ ਲੈ ਕੇ 10th ਤੱਕ, ਉੱਥੇ ਟੀਚਰਾਂ ਨੇ ਕੀ ਕਰਨਾ ਜੀ, ਸਾਰਿਆਂ ਦੇ ਮਤਲਬ ਕਿ ਆਪਾਂ ਕਹਿ ਰਹੇ ਪੰਜਾਬੀ ਫਾਰਸੀ ਵਿੱਚ ਪੇੜਾ ਲਾਉਂਦੇ ਆਉਣੇ ਆ ਮੂੰਹ ਤੇ ਜੀ। ਤੇ ਜਦੋਂ ਉਹਨਾਂ ਨੇ ਮੇਰੇ ਤਾਈਂ ਆਉਣਾ, ਮੇਰੇ ਦਾੜੀ ਹੁੰਦੀ, ਮੇਰਾ ਕੱਦ ਵੀ ਠੀਕ ਸੀਗਾ ਜੀ, ਟੀਚਰਾਂ ਉਸ ਤਰ੍ਹਾਂ ਹੁੰਦਾ ਸੀਗਾ ਜੀ, ਵੀ ਟੀਚਰਾਂ ਨੇ ਮੇਰੇ ਤੱਕ ਆਉਂਦੇ ਹੋਏ ਸ਼ਰਮ ਮੰਨਣਾ, ਉਹਨਾਂ ਨੇ ਕਹਿੰਦਾ ਡੰਡਾ ਲੈ ਕੇ ਆਓ ਵੀ ਇਹਨਾਂ ਦੇ ਵਿੱਚ ਵੀ ਮੈਂ ਸਫੇਰ ਨੀ ਲਾ ਸਕਦੀ। ਕਿਆ ਬਾਤ ਆ ਜੀ, ਕਿਆ ਬਾਤ ਆ ਜੀ, ਬਹੁਤ ਵਧੀਆ ਗੱਲ ਕੀ ਇੱਕ ਜਵਾਨ ਹੋ ਜਾਂਦੇ ਨੇ ਬੱਚੇ ਛੋਟੇ, ਤੇ ਕਦੇ ਇਸ ਤਰ੍ਹਾਂ ਵੀ ਹੋਇਆ ਕਿ ਜਿਵੇਂ ਸੈਟਰਡੇ ਬਾਲ ਸਭਾ ਹੋਣੀ ਤੇ ਕਹਿਣਾ ਵੀ ਚੱਲ ਬਈ ਧਾਮੀ ਹੋ ਜਾ ਖੜਾ ਫਿਰ ਅੱਜ ਸੁਣਾ ਫਿਰ ਅੱਜ ਸਾਨੂੰ ਬਈ ਤੁਸੀਂ ਗਾਉਂਦੇ ਰਹਿੰਦੇ ਰੋਜ਼ ਸਕੂਲ ਦੇ ਵਿੱਚ ਵੀ ਤੁਰੇ ਫਿਰਦੇ? ਹਾਂਜੀ ਹਾਂਜੀ, ਇਹ ਤਾਂ ਬਾਈ ਜੀ ਬਸ ਜ਼ਿਆਦਾਤਰ ਏਦਾਂ ਹੀ ਰਹਿੰਦਾ ਸੀਗਾ, ਜਿਵੇਂ ਕੋਈ ਵੀ ਫਰਾਈਡੇ ਨੂੰ ਸੈਟਰਡੇ ਫਰਾਈਡੇ ਕੋਈ ਵੀ ਮੀਟਿੰਗ ਵਗੈਰਾ ਹੋਣੀ, ਪ੍ਰਿੰਸੀਪਲ ਸਰ ਨੇ ਲੇਟ ਆਉਣਾ ਤਾਂ ਮਤਲਬ ਕਿ ਸਟੇਜ ਦੇ ਉੱਪਰ ਉਹਨਾਂ ਨੇ ਮੈਨੂੰ ਬਿਨਾਂ ਦੱਸੇ ਹੀ ਮੇਰਾ ਨਾਮ ਲੈ ਦੇਣਾ ਵੀ ਸ਼ਰਨਜੀਤ ਸਿੰਘ 8th 9th 10th ਹੀ ਇੱਥੋਂ ਆਉਂਦੇ ਰਹਿਣਾ, ਉਹਨਾਂ ਨੇ ਨਾਮ ਲੈ ਦੇਣਾ ਵੀ ਸ਼ਰਨਜੀਤ ਸਿੰਘ ਪਲੀਜ਼ ਕਮ ਆਨ ਦਾ ਸਟੇਜ ਵੀ ਕੋਈ ਵੀ ਸੌਂਗ ਸੁਣਾਓ, ਬਿਨਾਂ ਦੱਸੇ ਹੀ ਉਹਨਾਂ ਨੇ ਮੈਨੂੰ ਕਹਿ ਦੇਣਾ ਵੀ ਨਾਮ ਲੈ ਦੇਣਾ ਜੀ। ਉਸ ਟਾਈਮ ਤੇ ਇੱਕ ਵਾਰੀ ਬਹੁਤ ਔਖਾ ਹੋ ਜਾਂਦਾ ਸੀ ਵੀ ਕੀ ਸੁਣਾਈਏ ਵੀ ਕੀ ਕਰੀਏ, ਫਿਰ ਟੀਚਰ ਨੂੰ ਦੱਸਣਾ ਵੀ ਦੇਖੋ ਜੀ ਗਾਣਾ ਇਹੋ ਜਿਹਾ ਆਉਂਦਾ ਵੀ ਇਹੋ ਜਿਹਾ ਗਾਵਾਂਗੇ ਜਿਹੋ ਜਿਹਾ ਆਉਂਦਾ, ਫਿਰ ਕਹਿੰਦੇ ਕੋਈ ਗੱਲ ਨੀ ਵੀ ਤੁਹਾਨੂੰ ਸੁਣ ਕੇ ਬੱਚੇ ਬਹੁਤ ਡਿਮਾਂਡ ਹੁੰਦੀ ਹੈ ਵੀ ਸ਼ਰਨਜੀਤ ਨੂੰ ਬੁਲਾਓ ਉਸ ਤੋਂ ਗਾਣਾ ਸੁਣਨਾ, ਤੇ ਮਤਲਬ ਕਿ ਜ਼ਰੂਰ ਸੁਣਾਉਂਦੇ ਵੀ ਸੀਗੇ, ਏਦਾਂ ਦੀ ਗੱਲ ਨੀ ਵੀ ਆਪਾਂ ਕਹੀਏ ਵੀ ਨਹੀਂ ਆਉਂਦਾ ਜੀ ਏਦਾਂ ਨੀ, ਮੈਂ ਸ਼ੁਰੂ ਤੋਂ ਸ਼ੌਂਕ ਸੀ ਬਾਈ ਜੀ ਗਾਉਣ ਦਾ, ਸਟੇਜ ਉੱਤੇ ਗਾਉਣਾ ਖੁਸ਼ ਹੋ ਕੇ ਗਾਉਣਾ, ਬਹੁਤ ਪਰਮਾਹੁੰਗਾ ਮਿਲਣਾ ਸਾਰਿਆਂ ਨੂੰ। ਵਾਹ ਜੀ ਬਸ, ਕਿਹੜਾ ਕਿਹੜਾ ਸੌਂਗ ਸਾਡੇ ਧਾਮੀ ਵੀਰ ਦੇ ਕਲੋਜ਼ ਸੀ ਜਿਹੜਾ ਹਮੇਸ਼ਾ ਹੀ ਗੁਣਗੁਣਾਉਂਦਾ ਸੀ, ਹਮੇਸ਼ਾ ਹੀ ਜਿਹੜਾ ਕਹੀ ਗਈ ਹਾਰਟ ਟੱਚ ਸੌਂਗ ਸੀਗਾ ਤੁਹਾਡੇ? ਬਸ ਮੈਂ ਤੁਹਾਨੂੰ ਪਹਿਲਾਂ ਸੌਂਗ ਸੁਣਾਈ ਵੀ ਮੈਂ ਬਹੁਤ ਜ਼ਿਆਦਾ ਸੁਣਾਇਆ ਟੀਚਰਾਂ ਨੂੰ, ਸਟੂਡੈਂਟਸ ਨੂੰ, ਬੋਇਜ਼ ਗਰਲਸ ਕਲਾਸਮੇਟਸ ਨੂੰ, ਫਰੈਂਡਸ ਨੂੰ, ਸਭ ਨੂੰ ਮੈਂ ਉਹੀ ਸੌਂਗ ਸਾਗਰ ਕੋਟੀ ਦਾ ਦਿਆ ਗਲਾਂ ਸਗਣੀ ਸੀ ਤੇਰੇ ਖਤਾਂ ਨਾਲ ਸੜ ਜਾਣੀ ਸੀ, ਵੀ ਬਹੁਤ ਮੈਂ ਲਾਈ ਕਰਦਾ ਸੀ ਸੌਂਗ ਨੂੰ ਤੇ ਜਦੋਂ ਵੀ ਕਿਤੇ ਮੌਕਾ ਮਿਲਣਾ ਮੈਂ ਸੌਂਗ ਸੁਣਾਉਣਾ, ਤੇ ਇਸੇ ਸੌਂਗ ਨੇ ਹੀ ਮੇਰੀ ਸਕੂਲ ਦੇ ਵਿੱਚ ਪਹਿਚਾਣ ਨਹੀਂ ਸੀ ਵੀ ਕੋਈ ਸ਼ਰਨਜੀਤ ਨਾਂ ਦਾ ਮੁੰਡਾ ਤਾਂ ਕੋਈ ਗਾਉਂਦਾ ਜੀ, ਤਾਂ ਟੀਚਰਾਂ ਨੇ ਕਈ ਵਾਰੀ ਜਿੱਦਾਂ ਉਹਨਾਂ ਦਾ ਦਿਲ ਕਰਨਾ ਜੀ, ਆਪਣੀ ਕਲਾਸ ਜਿੱਦਾਂ ਮੈਥ ਦਾ ਟੀਚਰ ਹੁੰਦੇ ਸੀਗੇ ਜੀ, ਮੈਥ ਦੇ ਟੀਚਰ ਨੇ ਕੀ ਕਰਨਾ ਆਪਣਾ ਪੀਰੀਅਡ ਜਿਵੇਂ ਉਹਨਾਂ ਦਾ ਸਾਡੇ ਨਾਲ ਵਾਲੇ ਰੂਮ 'ਚ ਪੀਰੀਅਡ ਲੱਗਿਆ ਹੁੰਦਾ ਸੀ ਉਹਨਾਂ ਦਾ ਜੀ ਕਰਨਾ ਗਾਣਾ ਸੁਣਨ ਨੂੰ, ਤਾਂ ਉਹਨਾਂ ਨੇ ਉਹਨਾਂ ਦੀ ਕਲਾਸ ਦੇ ਮੋਨੀਟਰ ਜਾਂ ਸਟੂਡੈਂਟ ਨੂੰ ਭੇਜ ਦੇਣਾ ਵੀ ਜਾਓ ਸ਼ਰਨਜੀਤ ਨੂੰ ਬੁਲਾ ਕੇ ਲੈ ਉਹਨਾਂ ਤੋਂ ਸੌਂਗ ਸੁਣਨਾ ਜੀ, ਵੀ ਸ਼ੁਰੂ ਤੋਂ ਬਹੁਤ ਪ੍ਰੇਮ ਪਿਆਰ ਮਿਲਦਾ ਰਿਹਾ ਟੀਚਰ ਤੋਂ, ਘਰਦਿਆਂ ਤੋਂ, ਫਰੈਂਡਸ ਤੋਂ ਹੀ, ਪਾਲ ਹਰੀਕਾ ਬਾਈ ਜੀ ਨੇ, ਗਗਨ ਸਹਿਲ ਬਾਈ ਜੀ ਨੇ ਹੁਣ ਤੱਕ ਬਹੁਤ ਸਾਥ ਦਿੰਦੇ ਰਹੇ ਨੇ, ਕਾਲਾ ਤੂਰ ਜੀ ਬਹੁਤ ਬਹੁਤ ਇਹਨਾਂ ਨੇ ਸਾਥ ਦਿੱਤਾ ਹੁਣ ਤੱਕ ਜੀ।
क्या बात है वीर जी, तो बहुत वधिया गल आ। ਤਾਂ ਮੈਸੇਜ ਥੋੜੇ ਆਏ ਨੇ, ਮੈਂ ਮੈਸੇਜ ਪੜ੍ਹਨਾ ਚਾਹੁੰਦਾ ਜੀ। ਤੇ ਸਾਡਾ ਵੀਰ ਮੈਸੇਜ ਕਰ ਰਿਹਾ ਜੀ ਬਿੱਟੂ ਬੈਂਸ ਬਹਿਰੀਨ ਤੋਂ, ਕਹਿੰਦਾ ਸਤਿ ਸ਼੍ਰੀ ਅਕਾਲ ਸ਼ੁਭੀਰ ਜੀ, ਬਹੁਤ ਹੀ ਵਧੀਆ, ਆਪ ਤਾਂ ਸੁਪਰ ਬੋਇਸ ਵੀਰ ਜੀ, ਵੈਰੀ ਨਾਈਸ, ਥੈਂਕ ਯੂ ਜੀ ਬਿੱਟੂ ਵੀਰ ਜੀ, ਬਹੁਤ ਬਹੁਤ ਧੰਨਵਾਦ ਕਰਾਂਗਾ ਤੁਹਾਡਾ ਜੀ। ਤੇ ਪੰਮਾ ਵੀਰ ਸਾਡਾ ਕੋਲ ਕਰ ਰਿਹਾ ਸੀ ਵੀਰ ਜੀ, ਥੋੜਾ ਚਿਰ ਵੇਟ ਕਰੋ ਫਿਰ ਮੈਂ ਤੁਹਾਡੇ ਨਾਲ ਕੋਲ ਕਰਦਾ। ਮੈਂ ਨਾਮਾ ਬਹਿਰੀਨ ਤੋਂ ਕੋਲ ਕਰ ਰਿਹਾ ਸੀ ਸਾਡਾ ਵੀਰ ਪੰਮਾ, ਤੇ ਪੰਮਾ ਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਤਿ ਸ਼੍ਰੀ ਅਕਾਲ ਪੰਮਾ ਵੀਰ ਜੀ। ਤੇ ਪਾਕਿਸਤਾਨ ਤੋਂ ਕੋਲ ਕਰ ਰਿਹਾ ਸੀ ਸਾਡਾ ਵੀਰ ਵਸੀਮ ਵਸੀਮ, ਤੇ ਮੈਂ ਉਹਨੂੰ ਕਹਾਂਗਾ ਕਿ ਬਿਲਕੁਲ ਜੀ, ਕਹਿੰਦਾ ਜੀ ਬਿਲਕੁਲ ਜੀ। ਤੇ ਸਲਾਮ ਦੁਆ ਭੇਜਦੇ ਨੇ ਵੀਰ ਜੀ ਧਾਮੀ ਸਾਹਿਬ ਤੁਹਾਡੇ ਲਈ। ਤੇ ਹਰਕੀਤ ਵੀਰ ਜੀ ਦਾ ਕਹਿੰਦਾ ਗੁੱਡ ਵਾਓ ਵੈਰੀ ਨਾਈਸ ਵੋਇਸ, ਥੈਂਕ ਯੂ ਵੀਰ ਜੀ, ਬਿਲਕੁਲ ਧੰਨਵਾਦ ਕਰਦੇ ਹਾਂ ਹਰਕੀਤ ਵੀਰ ਜੀ ਤੁਹਾਡਾ ਵੀ। ਤੇ ਪਰਮਿੰਦਰ ਕੌਰ ਜੀ ਯੂਕੇ ਤੋਂ ਕਹਿੰਦੇ ਜੀ ਗੁੱਡ ਜੋਬ, ਵੈਰੀ ਵੈਰੀ ਨਾਈਸ, ਕੀਪ ਇਟ ਅਪ, ਥੈਂਕ ਯੂ ਥੈਂਕ ਯੂ ਥੈਂਕ ਯੂ। ਤੇ ਧੰਨਵਾਦ ਕਰਾਂਗੇ ਪਰਮਿੰਦਰ ਕੌਰ ਜੀ ਤੁਹਾਡਾ ਵੀ, ਤੁਸੀਂ ਸਪੋਰਟ ਕਰਦੇ ਹੋ ਤੇ ਹਮੇਸ਼ਾ ਹੀ ਸੰਦੇਸ਼ ਦਿੰਦੇ ਹੋ, ਤਾਂ ਬਹੁਤ ਸੋਹਣੀ ਆਵਾਜ਼ ਵੀਰ ਦੀ। ਤੇ ਸਾਡਾ ਵੀਰ ਜਸਵੀਰ ਸਿੰਘ ਫਰੋਮ ਪੁਰਤਗਾਲ ਤੋਂ ਕਹਿੰਦਾ ਜੀ ਗੁੱਡ ਜੋਬ ਵੀਰ ਜੀ, ਬਲੈਸ ਯੂ ਐਂਡ ਕੈਰੀ ਔਨ। ਤੇ ਬਿਲਕੁਲ ਜੀ ਕੈਰੀ ਔਨ ਜੱਟਾ, ਕੈਰੀ ਔਨ, ਤੇ ਬਿਲਕੁਲ ਜੀ ਕੈਰੀ ਔਨ ਰੱਖਾਂਗੇ, ਤੇ ਫਿਕਰ ਨਹੀਂ ਕਰਨਾ ਕਿਸੇ ਗੱਲ ਦਾ ਵੀ। ਤੇ ਨਾਲ ਸਾਡਾ ਵੀਰ ਸੋਢੀ ਵਿਧੀਆ ਪੂਰੀ ਕਹਿੰਦਾ ਵਾਹ ਜੀ ਵਾਹ ਵੀਰ ਜੀ, ਕਿਆ ਬਾਤ ਆ ਜੀ, ਵੈਰੀ ਨਾਈਸ, ਕਿਆ ਬਾਤ ਆ, ਤੁਹਾਡਾ ਬਚਪਨ ਯਾਦ ਕਰਾਤਾ, ਤੇ ਧੰਨਵਾਦ ਕਰਾਂਗਾ ਸੋਢੀ ਵੀਰੇ ਤੁਹਾਡਾ ਵੀ ਬਹੁਤ ਵੱਧ। ਤੇ ਸ਼ਰਨਜੀਤ ਧਾਮੀ, ਧਾਮੀ ਵੀਰ ਜੀ ਤੁਹਾਨੂੰ ਮੈਂ ਪੁੱਛਣਾ ਚਾਹਾਂਗਾ ਕਿ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਗਾਇਕੀ ਲੈਣ ਤੁਹਾਡੀ ਅੱਗੇ ਤਰ੍ਹਾਂ ਮਤਲਬ ਚੱਲਦੀ ਰਹੀ, ਔਰ ਇਸੇ ਤਰ੍ਹਾਂ ਹੀ ਜਦੋਂ ਮਤਲਬ ਤੁਸੀਂ ਇੱਕ ਪਾਸੇ ਨੂੰ ਮਤਲਬ ਦਸਵੀਂ ਤੋਂ ਟੈਂਥ ਤੋਂ ਪ੍ਰਪੇਅਰ ਹੋ ਗਿਆ ਕਿ ਅਸੀਂ ਮਾਸਾ ਹੁਣ ਮੇਰਾ ਜਿਹੜਾ ਲਾਈਨ ਜਾਂ ਸਿੰਗਿੰਗ ਲਾਈਨ ਤੁਸੀਂ ਅਡੈਪਟ ਕਰ ਲਈ ਔਰ ਇਸ ਸਮੁੰਦਰ ਦੀ ਗਹਿਰਾਈ ਨੂੰ ਨਾਪਣਾ ਤੋਲਣਾ ਸ਼ੁਰੂ ਕਰ ਦਿੱਤਾ, ਤੇ ਉਹ ਕਿਹੜਾ ਟਾਈਮ ਸੀ ਜਦੋਂ ਤੁਸੀਂ ਮਤਲਬ ਇੱਕ ਪਹਿਲਾ ਸੌਂਗ ਗੁਣਗੁਣਾਇਆ ਤੇ ਮਤਲਬ ਇਹ ਮੈਂ ਗੁਣਗੁਣਾਉਣਾ ਔਰ ਮੈਂ ਰਿਕਾਰਡਿੰਗ ਕਰਵਾਉਣਾ ਚਾਹੁੰਦਾ? ਬਾਈ ਜੀ ਬੀ ਏ ਫਸਟ ਈਅਰ, ਮਤਲਬ ਕਿ ਹੁਣ ਮੈਂ ਸੈਕਿੰਡ ਈਅਰ ਦੇ ਪੇਪਰ ਦਿੱਤੇ ਹੋਏ ਨੇ, ਬੀ ਏ ਫਸਟ ਈਅਰ ਦੀ ਗੱਲ ਆ ਜੀ, ਕੁਝ ਕੁ ਇੱਕ ਡੇਢ ਸਾਲ ਪਹਿਲਾਂ ਦੀ ਗੱਲ ਜੀ। ਉਸ ਟਾਈਮ ਸਾਡੇ ਪਾਤਰਾਂ ਦੇ ਰਾਈਟਰ ਸੀ, ਉਹਨਾਂ ਦਾ ਮੈਂ ਸੌਂਗ ਲੈ ਕੇ ਸਾਡੇ ਨਿਆਲ ਕਾਲਜ ਪਾਤਰਾਂ ਦੇ ਨਾਲ ਆਈ, ਉਸ ਵਿੱਚ ਇਹਨੇ ਸੌਂਗ ਸੁਣਾਇਆ ਸੀਗਾ ਲੋਹੜੀ ਦੇ ਉੱਪਰ, ਤੇ ਉੱਥੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਜੀ। ਉੱਥੇ ਮੈਂ ਮਿਊਜ਼ੀਸ਼ੀਅਨ ਦੇ ਨਾਲ ਗਾਇਆ ਸੀਗਾ, ਬਹੁਤ ਪਸੰਦ ਕੀਤਾ, ਟੀਚਰਸ ਨੇ ਬਹੁਤ ਪ੍ਰੇਮ ਕਰ ਦਿੱਤਾ। ਉਸ ਤੋਂ ਬਾਅਦ ਹੀ ਫਰੈਂਡਸ ਮਿਲੇ, ਪਾਲ ਹਰੀਕਾ ਬਾਈ ਜੀ ਮਿਲੇ, ਧਰਮੀ ਤੁੰਗਾ ਦੇ ਮੇਰੇ ਰਾਈਟਰ ਨੇ, ਗਗਨ ਸਹਿਲ, ਕਾਲਾ ਤੂਰ ਜੀ, ਇਹਨਾਂ ਨੇ ਬਹੁਤ ਸਾਥ ਦਿੱਤਾ। ਇਹਨਾਂ ਨੇ ਕਿਹਾ ਵੀ ਧਾਮੀ ਵੀਰ ਕੁਛ ਕਰ ਸਕਦੇ ਆ, ਕੁਛ ਕਰ ਸਕਦਾ ਤੂੰ, ਰੱਬ ਨੇ ਤੈਨੂੰ ਗੁਣ ਦਿੱਤਾ। ਇਹਨਾਂ ਨੇ ਕਈ ਦੁਆਵਾਂ ਨਾਲ, ਇਹਨਾਂ ਦੇ ਸਾਥ ਨਾਲ, ਮਾਪਿਆਂ ਦੀ ਦੁਆਵਾਂ ਨਾਲ ਤੇ ਹੋਰ ਮੇਰੇ ਸਾਰੇ ਵੀਰ ਭਾਈਆਂ ਨੇ ਕਿਹਾ ਵੀ ਕੁਛ ਕਰ ਸਕਦੇ ਆ। ਫਿਰ ਅਸੀਂ ਨੇ ਧਰਮੀ ਤੁੰਗਾ ਜੀ, ਤੁੰਗਾ ਪਿੰਡ ਆ ਉਹਨਾਂ ਦਾ, ਧਰਮਜੀਤ ਸਿੰਘ ਨਾਮ ਹੈ, ਧਰਮਜੀਤ ਸਿੰਘ ਤੂਰ, ਉਹਨਾਂ ਦਾ ਲਿਖਿਆ ਹੋਇਆ ਗੀਤ ਜੱਟ ਦਾ ਕੁੜਤਾ ਪਾਪੀਆਂ ਵਾਲਾ ਨਵਾਂ ਸਵਾਇਆ ਨਹੀਂ ਜਾਂਦਾ, ਉਹ ਅਸੀਂ ਨੇ ਉਹਨਾਂ ਕੋਲ ਗਏ, ਮਿਲੇ, ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਅੱਜ ਦੇ ਟਾਈਮ ਦੇ ਵਿੱਚ ਜੇਕਰ ਆਪਾਂ ਲਈਏ ਤਾਂ ਉਸ ਕਿਸਾਨਾਂ ਦੀ ਗੱਲ ਕਰੀਏ ਜੋ ਜਿਹਦੇ ਕਿਸਾਨਾਂ ਦੀ ਗੱਲ ਦੱਬੀ ਰਹਿ ਰਹੀ ਹੈ ਜੀ, ਉਹਨਾਂ ਕਿਸਾਨਾਂ ਦੀ ਗੱਲ ਕਰਦੇ ਹੋਏ ਉਹਨਾਂ ਨੇ ਆਪਾਂ ਨੂੰ ਸੌਂਗ ਦਿੱਤਾ ਜੱਟ ਦਾ ਕੁੜਤਾ ਪਾਕੀਆਂ ਵਾਲਾ ਨਵਾਂ ਸਵਾਇਆ ਨਹੀਂ ਜਾਂਦਾ। ਫਿਰ ਗੱਲ ਪੂਰੀ ਜੀ ਅਮਦਾਦ ਅਲੀ ਮਿਊਜ਼ਿਕ ਡਾਇਰੈਕਟਰ ਜੀ ਨਾਲ, ਉਹਨਾਂ ਨੇ ਆਵਾਜ਼ ਸੁਣੀ, ਟੋਨ ਸੁਣੀ, ਉਹਨਾਂ ਨੂੰ ਬਹੁਤ ਪਿਆਰੀ ਲੱਗੀ, ਗੀਤ ਵੀ ਉਹਨਾਂ ਦੇ ਬਹੁਤ ਪਸੰਦ ਆਇਆ। ਫਿਰ ਉਸ ਤੋਂ ਬਾਅਦ 15 ਅਗਸਤ ਨੂੰ 2012 ਨੂੰ ਆਪਣਾ ਸੌਂਗ ਡਬਿੰਗ ਕਰ ਚੁੱਕੇ ਸੀ ਅਸੀਂ, ਅਮਦਾਦ ਅਲੀ ਜੀ ਮਿਊਜ਼ਿਕ ਡਾਇਰੈਕਟਰ, ਧਰਮੀ ਤੁੰਗਾ ਜੀ ਲੀਰਿਕਸ, ਪਾਲ ਹਰੀਕਿਆਨ ਗਗਨ ਚਹਿਲ ਤੇ ਕਾਲਾ ਤੂਰ ਬਾਈ, ਇਹਦਾ ਬਹੁਤ ਮੈਂ ਧੰਨਵਾਦ ਕਰਦਾ। ਵਾਹ ਜੀ ਵਾਹ, ਕਿਆ ਬਾਤ ਹੈ ਵੀਰ ਜੀ, ਬਹੁਤ ਹੀ ਵਧੀਆ ਤੁਸੀਂ ਗੱਲ ਕੀਤੀ, ਤੇ ਤੁਹਾਡਾ ਸਾਥ ਦੇਣ ਵਾਲੀ ਤੁਹਾਡੀ ਸਹਿਯੋਗੀ ਟੀਮ ਦਾ ਬਹੁਤ ਬਹੁਤ ਧੰਨ ਕਰਦੇ ਹਾਂ, ਧੰਨਵਾਦ ਕਰਦੇ ਹਾਂ ਵੀਰ ਜੀ ਕਿ ਜਿਨ੍ਹਾਂ ਨੇ ਇੰਨਾ ਪਿਆਰਾ ਸੌਂਗ ਲਿਖਿਆ। ਤੇ ਜਦੋਂ ਇਸ ਸੌਂਗ ਦੀ ਡਬਿੰਗ ਹੋ ਚੁੱਕੀ ਸੀ ਔਰ ਤੁਸੀਂ ਇਹ ਸੌਂਗ ਮਤਲਬ ਚੱਲ ਰਿਹਾ ਸੀ ਪੂਰਾ ਇਹਦਾ ਪ੍ਰੋਜੈਕਟ ਸੌਂਗ ਦਾ, ਤੇ ਅਸੀਂ ਵੀਰ ਜੀ ਪੁੱਛਣਾ ਚਾਹਾਂਗੇ ਛੋਟੀ ਜਿਹੀ ਕਰੀਏ, ਸੌਂਗ ਦੇ ਲਿਖਣ ਵਾਲੇ ਰਾਈਟਰਸ ਕੌਣ ਨੇ, ਔਰ ਇੱਕ ਇਹ ਵੀ ਪੁੱਛਣਾ ਚਾਹਾਂਗੇ ਨਾਲ ਇਹ ਵੀ ਪੁੱਛਣਾ ਚਾਹਾਂਗਾ ਕਿ ਮੈਂ ਤੁਸੀਂ ਆਪ ਵੀ ਲਿਖਣ ਦਾ ਸ਼ੌਂਕ ਰੱਖਦੇ ਹੋ ਜਾਂ ਕਦੇ ਲਿਖਦੇ ਹੋ? ਆਪ ਸਰ ਲਿਖਣ ਦਾ ਸ਼ੌਂਕ ਤਾਂ ਨਹੀਂ ਰੱਖਦੇ, ਬਟ ਏਦਾਂ ਨਾ ਕਈ ਵਾਰ ਕੁਝ ਲੈਣਾ ਦਿਮਾਗ ਦੇ ਵਿੱਚ, ਫਿਰ ਵੀ ਜੋ ਸਿੰਗਰ ਤਾਂ ਆਉਂਦੇ ਹੀ ਰਹਿੰਦੇ ਨੇ ਸੁਣ ਕੇ ਜੀ। ਸਾਡੇ ਧਰਮਜੀਤ ਸਿੰਘ ਤੂਰ, ਧਰਮੀ ਤੁੰਗਾ ਜੀ, ਉਹਨਾਂ ਦੇ ਗੀਤ ਲਿਖਿਆ ਹੋਇਆ ਆਪਣਾ, ਉਹਨਾਂ ਦਾ ਪਹਿਲਾਂ ਵੀ ਸੌਂਗ ਆਇਆ ਸੀਗਾ ਹਰਪ੍ਰੀਤ ਢਿੱਲੋਂ ਬਾਈ ਦੀ ਆਵਾਜ਼ ਚ, ਬਾਰੀਆਂ ਚੋਂ ਪਰਦੇ ਹਟਾਲੇ ਗੋਰੀ ਨੇ ਜਿੱਦਣ ਦੀ ਗੱਭਰੂ ਨਾਲ ਗੱਲ ਬਣ ਗਈ, ਬਾਰੀਆਂ ਚੋਂ ਪਰਦੇ ਹਟਾਲੇ ਗੋਰੀ ਨੇ ਜਿੱਦਣ ਦੀ ਗੱਭਰੂ ਨਾਲ ਅੱਖ ਲੜ ਗਈ, ਇਹ ਸੌਂਗ ਉਹਨਾਂ ਦਾ ਆਇਆ ਸੀ ਪਹਿਲਾਂ ਜੀ। ਹਰਪ੍ਰੀਤ ਢਿੱਲੋਂ ਦੀ ਆਵਾਜ਼ ਦੇ ਵਿੱਚ, ਪ੍ਰੀਤ ਬਰਾੜ ਜੀ ਦੀ ਆਵਾਜ਼ ਦੇ ਵਿੱਚ ਆਇਆ ਹੋਇਆ ਸੌਂਗ ਉਹਨਾਂ ਦਾ, ਹੱਸ ਕੇ ਕਹਿ ਗਈ ਓਕੇ, ਬਹੁਤ ਸੋਹਣੀ ਕਲਮ ਵੀਰ ਦੀ, ਬਹੁਤ ਸੋਹਣੀ ਸੋਚ ਜਿਨ੍ਹਾਂ ਨੇ ਮੈਨੂੰ ਇਹ ਸੌਂਗ ਸਿਲੈਕਟ ਕਰਨ ਲਈ ਕਿਹਾ, ਤੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ, ਧਰਮਜੀਤ ਤੁੰਗਾ ਜੀ, ਧਰਮੀ ਤੁੰਗਾ ਜੀ ਦਾ।
वाह जी वाह, क्या बात है जी, बहुत ही वधिया गल आ। ते तुसी उन्हां नूं भी याद कर दिओ। ते वीर जी इस सोंग बहुत वधिया सी, ते बहुत ही वधिया अघुआरा भी मिलिया, तुहानूं पूरा रिस्पोंस इस सोंग दा मिलिया, बहुत ही सोहना रिस्पोंस मिलिया, ते बहुत वधिया इसकी मुबारकबाद तुहानूं देना चाहांगे। ते इस सोंग दे बोल थोड़ी जिहा वीर जी असीं सुनना चाहांगे, गुणगुना के तुसी सुनाओ। ते चाहुण वाले ने अज सवेर दा जी सोंग चलदा रेडियो विरसे ते हमेशा ही सारा परिवार सुनदे ने, जरूर इस सोंग थोड़ा जहा बोल गुणगुना के सुनाओ, जिदे ना कि साडा दिल मतलब गार्डन गार्डन चाहुण वाले का हो जाए। हां जी जरूर जी। चौबी घंटे मेहनत करदा फिर भी ना सिर लैंदा करजा, चौबी घंटे मेहनत करदा फिर भी ना सिर लैंदा करजा, बैंक ते बाणीए कोलों हथ छुड़ाया नहीं जांदा, जट दा कुड़ता पाकियां वाला नवा सवाया नहीं जांदा, जट दा कुड़ता पाकियां वाला नवा सवाया नहीं जांदा, ओ नवा सवाया नहीं जांदा। ऐही पुंजा उल जेहे ताने नंग तड़ंगे तिनकन न्याणे, ऐही पुंजा उल जेहे ताने नंग तड़ंगे रोंदे न्याणे, घरवाली दा वी कोई शौक पुगाया नहीं जांदा, जट दा कुड़ता पाकियां वाला नवा सवाया नहीं जांदा, जट दा कुड़ता पाकियां वाला नवा सवाया नहीं जांदा, ओ नवा सवाया नहीं जांदा। क्या बात है वीर जी, बहुत वेरी नाइस धामी वीर जी, इनी वधिया वोइस, एक मेहनत का रंग है वीर जी कि तुसी एक बड़ी लम्मा सफर लम्मा पैंडा तय कर रहे हो इस संगीत लाइन का, ते ओ मेहनत का फल जिहड़ा तुहाडे अज झोली पै रहा, तुहाडे चाहण वालियां नूं भी बहुत पसंद करदे ने, ते तुहाडे अजीज यार दोस्त मित्र भी तुहानूं बहुत भरमा हुंगारा दिंदे होणे, पूरा पूरा प्यार करदे होणे, सपोर्ट करदे होणे, तां बहुत बहुत इस गल का मैं तुहानूं मुबारकबाद देवांगा इस चीज की वीर जी। ते बहुत खूब, तो मैं पूछना चाहूंगा भी जी कि जिस तरह की अजकल फिर तुसी नवी कुछ कुछ गुनगुनाने और नवी ताड़ी एल्बम्स दी नवे सोंग दा ताड़ा जिहड़ा प्रोजेक्ट चल रहा, ठीक नहीं, ते उस चीज बारे थोड़ा जा चानना पाओ कि तुसी मतलब अजकल जिहड़े प्रोजेक्ट चल रहे ने ते ओ किस तरीके नाल चल रहे ने और किन्ने चिर तक उहदा जिहड़ा फाइनल डिसीजन आऊगा, ते जिहदे नाल की ताड़ा सिंगल ट्रैक आऊगा या पूरी एल्बम से पहला फिर करोगे? हाँ जी जरूर जी, मैं तुम दसना चाहूंगा मेरा पहला सॉन्ग जट दा कुड़ता पाकियां वाला नवा सवाया नहीं जांदा, स्पीड रैकर्ड कंपनी वालों से सारी समूह टीम वालों बहुत बहुत धन्यवादी उन्होंने मैं, तो बंटी बैंस बाई जी की देखरेख हेठ यह गीत रिलीज किया गया, वीडियो सुमित भारद्वाज जी भारद्वाज फिल्म वालों बनी गई अपनी इस सॉन्ग की वीडियो, बंटी बैंस जी ने बहुत बढ़ चढ़ के साडा सहयोग दिता, जगत छी उन्हों का बहुत धन्यवाद करता, सारा काम ही उन्होंने करवाया, जगह भिखी से बंटी बैंस जी की देखरेख हेठ, रूबी गणेश प्रोड्यूसर जी साढ़े स्पीड रैकर्ड दे, ते नैक्सट सॉन्ग भी साड़ी यही चल रही है, नैक्सट सॉन्ग का टाइटल है जी मुंदी, वह मैं तुम्हें कुछ कहना सुनाना चाहूंगा, पहला इस बारे दस देना जी, दूसरा सॉन्ग अभी कर लगे मुंदी जी, यह भी अभी स्पीड रैकर्ड वालों ही करा जी, तो इसकी दो कलाना सुन मैं जरूर सुनाऊंगा जी। जरूर भीर जी, जी आ ओ यारो मैं मुंदी दा छल्ला मुंदी बिन रह नहीं सकदा चल्ला, जब ये हल्लो आंख बनाउंदी मेरे सीने विच ठंड पाउंदी, जब ये हल्लो आंख बनाउंदी मेरे सीने विच ठंड पाउंदी, कहंदी मैं चली तू चल्ला, ओ यारो मैं मुंदी दा छल्ला मुंदी बिन रह नहीं सकदा चल्ला, यारो मैं मुंदी दा छल्ला मुंदी बिन रह नहीं सकदा कल्ला, मुंदी दी टॉप पाई रखदी फिर दी पब्बां दे विच नचदी, मुंदी धरनी दा ना जपदी तुंदा वल बिना ना बचदी, पर हरिका नूं सिरे बसदी कहंदी लाले अरोगिया वल्ला, यारे हो मैं मुंदी दा कल्ला मुंदी बिन रह नहीं सकदा कल्ला, यारे मैं मुंदी दा कल्ला मुंदी बिन आए है। क्या बात है धामी साहब, क्या बात है जी, बहुत ही वधिया,
ਤੇ ਲੱਗਦਾ ਜੀ ਪੂਰੀ ਪੂਰੀ ਤਿਆਰੀ ਹੋ ਚੁੱਕੀ ਹੈ ਇਸ ਸੌਂਗ ਦੀ ਤੇ ਇਹਦੇ ਬਾਰੇ ਥੋੜਾ ਚਾਨਣਾ ਪਾਓ ਵੀਰ ਜੀ ਕਿ ਇਹ ਜਿਹੜਾ ਟਰੈਕ ਆ ਇਹਦੇ ਤੇ ਕਿੰਨਾ ਕੰਮ ਹੋ ਗਿਆ ਕਿੰਨਾ ਕੰਮ ਰਹਿੰਦਾ ਹਾਂਜੀ ਬਾਈ ਜੀ ਇਸ ਸੌਂਗ ਦਾ ਆਡੀਓ ਡਬਿੰਗ ਮਾਸਟਰਿੰਗ ਮਿਕਸਿੰਗ ਹੋ ਚੁੱਕੀ ਹੈ ਆਡੀਓ ਸੌਂਗ ਫਾਈਨਲ ਹੈ ਇਸ ਤੋਂ ਬਾਅਦ ਹੁਣ ਵੀਡੀਓ ਦੀ ਗੱਲ ਚੱਲਦੀ ਹੈ ਬੰਟੀ ਬਾਈ ਜੀ ਨਾਲ ਗੱਲ ਚੱਲ ਰਹੀ ਆ ਸਾਰੀ ਗੱਲਬਾਤ ਕਰਕੇ ਵੀਡੀਓ ਬਸ ਜਲਦ ਹੀ ਪਰਮਾਤਮਾ ਦੀ ਮਿਹਰ ਹੋਵੇ ਜੀ ਮਿਊਜ਼ਿਕ ਇਸ ਸੌਂਗ ਦਾ ਦੇਸੀ ਕਰੂ ਜੀ ਦਾ ਸਤਪਾਲ ਮੱਲੀ ਬਾਈ ਤੇ ਗੋਲਡੀ ਕਾਲੋਂ ਜੀ ਮਿਊਜ਼ਿਕ ਡਾਇਰੈਕਟਰ ਦੇਸੀ ਕਰੂ ਤੇ ਵੀਡੀਓ ਡਾਇਰੈਕਟਰ ਹਜੇ ਅਸੀਂ ਸਲਾਹ ਕਰਦੇ ਪਏ ਹਾਂ ਇਸ ਸੌਂਗ ਦੀ ਉਹ ਦੇਖਦੇ ਪਾਲ ਹਰੀਕੇ ਜੀ ਕੋਈ ਵੀਡੀਓ ਕਰਵਾਈਏ ਤੇ ਬਾਈ ਬੰਟੀ ਨਾਲ ਵੀ ਗੱਲ ਚੱਲਦੀ ਹੈ ਜੀ ਤੇ ਮਿਊਜ਼ਿਕ ਡਾਇਰੈਕਟਰ ਆਪਣੇ ਦੇਸੀ ਕਰੂ ਹੋ ਗਏ ਜੀ ਰਾਈਟਰ ਇਸ ਦੇ ਵੀ ਧਰਮੀ ਤੁੰਗਾ ਜੀ ਨੇ ਬਹੁਤ ਸੋਹਣੀ ਕਲਮਾ ਬਾਈ ਜੀ ਦੀ ਬਹੁਤ ਸੋਹਣਾ ਮਾਣ ਸਨਮਾਨ ਦੇ ਰਹੇ ਨੇ ਜੋ ਸਾਨੂੰ ਇਸ ਲਾਇਕ ਸਮਝਦੇ ਨੇ ਧਰਮੀ ਤੁੰਗਾ ਜੀ ਜੋ ਉਹਨਾਂ ਨੇ ਸਾਨੂੰ ਦੋ ਗੀਤ ਆਪਣੇ ਦਿੱਤੇ ਧਰਮੀ ਤੁੰਗਾ ਜੀ ਨੇ ਬਹੁਤ ਹੀ ਵਧੀਆ ਗੱਲ ਹੈ ਵੀਰ ਜੀ ਕਿ ਧਰਮੀ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਦੇ ਪਿਆਰੇ ਪਿਆਰੇ ਸੌਂਗਸ ਨੇ ਜਿਹੜੇ ਤੁਸੀਂ ਗੁਣਗੁਣਾਉਂਦੇ ਹੋ ਔਰ ਦਿਲਾਂ ਤੇ ਰਾਜ ਕਰਦੇ ਨੇ ਤੁਹਾਡੀ ਆਵਾਜ਼ ਦੇ ਥਰੂ ਤੇ ਬਹੁਤ ਬਹੁਤ ਸ਼ੁਕਰੀਆ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਵੀਰ ਜੀ ਮੈਂ ਪੁੱਛਣਾ ਚਾਹੂੰਗਾ ਕਿ ਜਿਸ ਤਰ੍ਹਾਂ ਤੁਸੀਂ ਇੱਕ ਮਿਊਜ਼ਿਕ ਇੰਡਸਟਰੀ ਨਾਲ ਜੁੜ ਚੁੱਕੇ ਹੋ ਔਰ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਐਂਟਰੀ ਮਾਰ ਲਈ ਇੱਕ ਜਿੱਦਾਂ ਬੜੀ ਸਟਰਗਲ ਕਰਨੀ ਪੈਂਦੀ ਹੈ ਔਰ ਮੈਂ ਪੁੱਛਣਾ ਚਾਹੂੰਗਾ ਕਿ ਤੁਹਾਨੂੰ ਮਤਲਬ ਇਸ ਐਂਟਰੀ ਮਾਰ ਲਈ ਇਸ ਸਾਈਡ ਨੂੰ ਜਾਣ ਲਈ ਕਿੰਨੀ ਸਟਰਗਲ ਕਰਨੀ ਪਈ ਜਾਂ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕੋਈ ਪਲ ਹੋਵੇ ਤੇ ਯਾਦ ਸ਼ੇਅਰ ਕਰੋ ਸਾਡੇ ਨਾਲ ਜ਼ਰੂਰ ਹਾਂਜੀ ਉਹ ਇੰਡਸਟਰੀ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਸਮੁੰਦਰ ਹੈ ਕਿ ਇਸਦੀ ਕੋਈ ਗਹਿਰਾਈ ਨਹੀਂ ਨਾਪ ਸਕਦਾ ਨਾ ਕੋਈ ਇਸ ਨੂੰ ਕਹਿ ਸਕਦਾ ਵੀ ਮੈਂ ਸਮੁੰਦਰ ਦੀ ਡੁਬਕੀ ਲਾਇਆ ਵੀ ਇੰਨੇ ਮੀਟਰ ਇੰਨਾ ਡੂੰਘਾ ਇਸਦੀ ਕੋਈ ਡੂੰਘਾਈ ਨੀ ਜੀ ਕੋਈ ਮਾਪ ਨੀ ਸਕਦਾ ਇਸ ਨੂੰ ਸੁਰ ਨੇ ਜੀ ਸੱਤ ਸੁਰ ਨੇ ਸੱਤਾਂ ਸੁਰਾਂ ਦੇ ਵਿੱਚੋਂ ਬਹੁਤ ਸੋਹਣਾ ਸਾਰੀਆਂ ਤੇ ਆਪਣੇ ਪੰਜਾਬੀ ਦੇ ਅੱਖਰ ਨੇ ਜੀ ਉਹਨਾਂ ਤੋਂ ਹੀ ਸਾਰੇ ਗੀਤ ਲਿਖਣੇ ਇਹਨਾਂ ਦੀ ਕੋਈ ਨਹੀਂ ਮਤਲਬ ਕਿ ਆਪਾਂ ਕਹਿ ਸਕਦੇ ਵੀ ਕੋਈ ਨਹੀਂ ਇਹਨਾਂ ਨੂੰ ਗਿਣ ਸਕਦਾ ਨਾ ਇਹਨੂੰ ਮਿਣ ਸਕਦਾ ਜੀ ਤੇ ਸੌਂਗ ਦੀ ਸਟਰਗਲ ਦੀ ਗੱਲ ਚੱਲਦੀ ਹੈ ਜੀ ਜਿੱਥੇ ਬਹੁਤ ਸਕੂਲਾਂ ਕਾਲਜਾਂ ਵਿੱਚ ਗਾਇਆ ਜੀ ਉਸ ਤੋਂ ਬਾਅਦ ਕਿਤੇ ਉਰੇ ਲੋਕਲ ਆਪਣਾ ਸਾਡੇ ਪਿੰਡ ਦੇ ਵਿੱਚ ਮੌਕਾ ਮਿਲਦਾ ਇੱਥੇ ਗਾਉਂਦੇ ਸੀਗੇ ਜੀ ਕਿਸੇ ਸਿੰਗਰ ਨਾਲ ਵੀ ਵੀਰ ਨਾਲ ਅਟੈਚ ਹੋ ਕੇ ਗਾਉਣ ਦਾ ਮੌਕਾ ਮਿਲਦਾ ਉੱਥੇ ਕਈ ਵਾਰ ਇੱਕ ਸੌਂਗ ਸਟਾਰਟਿੰਗ ਦੇ ਵਿੱਚ ਮਿਲਣਾ ਪਹਿਲਾਂ ਇੱਕ ਸੌਂਗ ਗਾਣਾ ਹੌਲੀ ਹੌਲੀ ਦੋ ਗਾਣੇ ਹੁਣ ਪਰਮਾਤਮਾ ਦੀ ਮਿਹਰ ਨਾਲ 31 ਦਸੰਬਰ 2012 ਨੂੰ ਨਾਈਟ ਨਿਊ ਈਅਰ ਦਾ ਪ੍ਰੋਗਰਾਮ ਸੀ ਉੱਥੇ ਪੂਰਾ ਅਖਾੜਾ ਲਾ ਕੇ ਆਇਆ ਜੀ ਬਹੁਤ ਹੰਗਾਰਾ ਭਰਮਾ ਹੰਗਾਰਾ ਮਿਲ ਗਿਆ ਤੇ ਪਬਲਿਕ ਸਾਰੀ ਨੇ ਬਹੁਤ ਮਾਨ ਸਨਮਾਨ ਬਖਸ਼ਿਆ ਸੀ ਤੇ ਉਸ ਤੋਂ ਬਾਅਦ ਮੈਂ ਦੱਸਣਾ ਚਾਹਾਂਗਾ ਕਿ ਕੁੜਤਾ ਸੌਂਗ ਜਦੋਂ ਸਾਨੂੰ ਫਾਈਨਲ ਹੋ ਗਿਆ ਸੀ ਕਿ ਵੀ ਹੁਣ ਕੁੜਤਾ ਸੌਂਗ ਦੀ ਡਬਿੰਗ ਕਰਨੀ ਹੈ ਜੀ ਉਸ ਤੋਂ ਮਹੀਨਾ ਡੇਢ ਮਹੀਨਾ ਤਿਆਰੀ ਕੀਤੀ ਹੈ ਜੀ ਬਹੁਤ ਰੱਜ ਕੇ ਉਸਤਾਦ ਜੀ ਨੇ ਉਹ ਉਸਤਾਦ ਸਾਹਿਬ ਪਾਲਾ ਜੀ ਤੇ ਸਾਡੇ ਰੰਗਾ ਪੇਂਟਰ ਜੀ ਉਹਨਾਂ ਕੋਲ ਬਹੁਤ ਰੱਜ ਕੇ ਤਿਆਰੀ ਕੀਤੀ ਇਸ ਸੌਂਗ ਦੀ ਜੀ ਉਹਨਾਂ ਦੇ ਸਦਕਾ ਹੀ ਇਸ ਸੌਂਗ ਨੂੰ ਇੰਨਾ ਭਰਮਾ ਹੁੰਗਾਰਾ ਮਿਲਿਆ ਜੀ ਵਾਹ ਜੀ ਵਾਹ ਕਿਆ ਬਾਤ ਹੈ ਜੀ ਬਹੁਤ ਵਧੀਆ ਗੱਲ ਆ ਤੇ ਮੈਸੇਜ ਬਹੁਤ ਆਏ ਨੇ ਵੀਰ ਜੀ ਤੇ ਮੈਂ ਮੈਸੇਜ ਥੋੜੇ ਪੜ੍ਹਨਾ ਚਾਹੂੰਗਾ ਤੇ ਮੈਸੇਜ ਭੇਜਣ ਵਾਲੇ ਨੇ ਸਾਡੇ ਕੋਲ ਜੀ ਮਨਜੀਤ ਕੌਰ ਜੀ ਕੈਨੇਡਾ ਤੋਂ ਤੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਰੇਡੀਓ ਵਿਰਸਾ ਦੀ ਸਾਰੀ ਟੀਮ ਨੂੰ ਜੀ ਬਹੁਤ ਬਹੁਤ ਮੁਬਾਰਕਾਂ ਤੇ ਵੀਰ ਜੀ ਨਾਮ ਦੱਸ ਦਿਓ ਵੀਰ ਜੀ ਕੌਣ ਨੇ ਬਿਲਕੁਲ ਜੀ ਜ਼ਰੂਰ ਦੱਸਾਂਗੇ ਤੇ ਵੀਰ ਜੀ ਹੁਣ ਇਸ ਧਾਮੀ ਜੀ ਸਾਡੇ ਨਾਲ ਜੁੜੇ ਨੇ ਅੱਜ ਤੇ ਉਹਨਾਂ ਦਾ ਮਾਰਕੀਟ ਵਿੱਚ ਧੁੰਮਾ ਪਾ ਰਿਹਾ ਸੀ ਟਰੈਕ ਬਹੁਤ ਹੀ ਵਧੀਆ ਕੁੜਤਾ ਤੇ ਨਵਾਂ ਟਰੈਕ ਲੈ ਕੇ ਜੀ ਸਾਡੇ ਨਾਲ ਜਲਦੀ ਹੀ ਰੂਬਰੂ ਕਰਨ ਜਾ ਰਹੇ ਨੇ ਤੇ ਨਾਲ ਦੀ ਨਾਲ ਜੀ ਗੁਰਵਿੰਦਰ ਸਿੰਘ USA ਵਾਲੇ ਕਹਿੰਦੇ ਜੀ ਵੀਰ ਜੀ ਗੁੱਡ ਸ਼ੋ ਵੈਰੀ ਨਾਈਸ ਸੁਪਰ ਥੈਂਕ ਯੂ ਵੈਰੀ ਨਾਈਸ ਵੋਇਸ ਵੀਰ ਜੀ ਦੀ ਬਿਲਕੁਲ ਜੀ ਧੰਨਵਾਦ ਕਰਾਂਗਾ ਤੁਹਾਡੀ ਬਹੁਤ ਬਹੁਤ ਤੇ ਦਲਵੀਰ ਸਿੰਘ ਜੀ ਆਸਟ੍ਰੇਲੀਆ ਵਾਲੇ ਕਹਿੰਦੇ ਜੀ ਨਾਈਸ ਬੋਲਿਆ ਵੀਰ ਜੀ ਸੌਂਗ ਦੇ ਆਉਣ ਦਿਓ ਬਸ ਆਉਣ ਦਿਓ ਤੁਸੀਂ ਨਿਊ ਸੌਂਗ ਵਾਹ ਜੀ ਵਾਹ ਕਿਆ ਬਾਤ ਧੰਨਵਾਦ ਕਰਾਂਗੇ ਜੀ ਤੇ ਆ ਗਿਆ ਜੀ ਬਸ ਹੁਣ ਆ ਹੀ ਰਿਹਾ ਸਮਝੋ ਤੇ ਰਾਜਵੀਰ ਸੰਧੂ ਜਰਮੀ ਵਾਲਾ ਕਹਿੰਦਾ ਜੀ ਕੀ ਹਾਲ ਹੈ ਵੀਰੇ ਸਤਿ ਸ੍ਰੀ ਅਕਾਲ ਬੋਲਦੇ ਮੇਰੇ ਵੱਲੋਂ ਵੀਰ ਜੀ ਧਾਮੀ ਉਹਨਾਂ ਨੂੰ ਬਿਲਕੁਲ ਜੀ ਸਤਿ ਸ੍ਰੀ ਅਕਾਲ ਕਹਿੰਦੇ ਜੀ ਧਾਮੀ ਵੀਰ ਜੀ ਨੂੰ ਤੁਹਾਡੇ ਵੱਲੋਂ ਵੀ ਤੇ ਸੇਵਾ ਸਿੰਘ ਪੈਰਸ ਵਾਲਾ ਕਹਿੰਦਾ ਜੀ ਗੁੱਡ ਜੋਬ ਕੀਪ ਇਟ ਅਪ ਬ੍ਰੋ ਕੀਪ ਇਟ ਅਪ ਬਿਲਕੁਲ ਜੀ ਤੁਹਾਡਾ ਵੀਰ ਬਿਲਕੁਲ ਕੀਪ ਇਟ ਅਪ ਚੱਲ ਰਿਹਾ ਤੇ ਕਰ ਰਿਹਾ ਤੇ ਨਵਾਂ ਟਰੈਕ ਤੁਹਾਡੇ ਲਈ ਜਲਦੀ ਲੈ ਕੇ ਆ ਰਿਹਾ ਜੀ ਤੇ ਸਤਨਾਮ ਸਿੰਘ ਜਿਹੜਾ ਨੌਰਵੇ ਵਾਲੇ ਕਹਿੰਦੇ ਜੀ ਮੇਰੇ ਵੱਲੋਂ ਰੇਡੀਓ ਵਿਰਸਾ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਤੇ ਵੀਰ ਧਾਮੀ ਜੀ ਉਹਨਾਂ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਾਈਸ ਵੀਰ ਜੀ ਗਾਉਂਦੇ ਨੇ ਬਹੁਤ ਹੀ ਸੁਪਰ ਨਾਈਸ ਕੀਪ ਇਟ ਅਪ ਵੀਰੇ ਬਿਲਕੁਲ ਜੀ ਧੰਨਵਾਦ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਸੋਢੀ ਵਿਧੀ ਪੂਰੇ ਕਵਿਤ ਵਾਲਾ ਕਹਿੰਦਾ ਜੀ ਉਹ ਚੱਕਦੇ ਬਈ ਚੱਕਦੇ ਤੇਰੇ ਨਾਂ ਆ ਸਾਰੇ ਵੀਰ ਆਏ ਹਾਏ ਇੱਥੇ ਰੱਖ ਬੱਲੇ ਤੇਰੇ ਬਾਈ
ਤੇ ਪਰਮਵੀਰ ਗੁਰਵਾਸੀ ਕੈਨੇਡਾ ਵਾਲੀ ਕਹਿੰਦੀ ਨਾਈਸ ਵੀਰ ਜੀ, ਬਲੈਸ ਯੂ, ਕੀਪ ਇਟ ਅਪ ਵੀਰ ਜੀ, ਚੱਕੀ ਚੱਲੋ ਕੰਮ ਨੂੰ, ਕਰੋ ਮਾਂ ਬਿੱਲ ਦੀ ਸੇਵਾ ਤੇ ਸੋਹਣਾ ਗਾਇਓ ਹਮੇਸ਼ਾ ਹੀ। ਬਾਜੀ ਬਾ ਧੰਨਵਾਦ ਕਰਾਂਗੇ ਜੀ ਬਹੁਤ ਬਹੁਤ ਪਰਮਜੀਤ ਭੈਣੇ ਤੁਹਾਡਾ ਵੀ, ਤੇ ਬਹੁਤ ਪਿਆਰਾ ਮੈਸੇਜ ਭੇਜਿਆ ਜੀ। ਹਾਂਜੀ ਵੀਰ, ਬਿਲਕੁਲ ਜੀ ਸੋਹਣਾ ਗਾਉਣਗੇ। ਤੇ ਨਾਲ ਦੀ ਨਾਲ ਸੰਦੀਪ ਕੌਰ ਜੀ ਲੰਡਨ ਵਾਲੀ ਕਹਿੰਦੀ ਜੀ ਵੈਰੀ ਨਾਈਸ, ਗੁੱਡ ਜੋਬ, ਪਲੀਜ਼ ਇੱਕ ਵਾਰੀ ਸੌਂਗ ਜ਼ਰੂਰ ਸੁਣਾ ਦਿਓ, ਕੁੜਤੇ ਦੇ ਬੋਲ ਤੇ ਨਾਲੇ ਵੀਰ ਜੀ ਨਾਲ ਮੁੰਦਰੀ ਦੇ ਸੌਂਗ ਦੇ ਬੋਲ। ਤੇ ਬਿਲਕੁਲ ਜੀ ਜ਼ਰੂਰ ਸੁਣਾ ਦਾਂਗੇ। ਲਓ ਜੀ ਵੀਰ ਜੀ, ਫਰਮਾਇਸ਼ ਆ ਚੁੱਕੀ ਹੈ ਜੀ ਸਾਡੀ ਸੰਦੀਪ ਕੌਰ ਜੀ ਯੂਕੇ ਵਾਲੀ ਦੀ, ਤੇ ਇਹਨਾਂ ਨੂੰ ਸੌਂਗ ਦੇ ਬੋਲ ਇੱਕ ਵਾਰੀ ਫੇਰ ਆਪਾਂ ਕੁੜਤੇ ਦੇ ਥੋੜੇ ਜਿਹਾ ਬੋਲ ਸੁਣਾ ਦਿੱਤੇ ਜਾਣ, ਤੇ ਬਹੁਤ ਬਹੁਤ ਧੰਨਵਾਦ ਹੋਵਾਂਗੇ। ਹਾਂਜੀ ਜ਼ਰੂਰ ਜੀ ਜ਼ਰੂਰ। ਜੋ ਵੀ ਕੰਮ ਤੇ ਮਿਹਨਤ ਕਰਦਾ ਫਿਰ ਵੀ ਨਾ ਸਿਰ ਲੈਂਦਾ ਕਰਜ਼ਾ, ਜੋ ਵੀ ਕੰਮ ਤੇ ਮਿਹਨਤ ਕਰਦਾ ਫਿਰ ਵੀ ਨਾ ਸਿਰ ਲੈਂਦਾ ਕਰਜ਼ਾ, ਬੈਂਕ ਤੇ ਬਾਣੀਏ ਕੋਲੋਂ ਹੱਥ ਚੁੜਾਇਆ ਨਹੀਂ ਜਾਂਦਾ, ਜਪਦਾ ਕੁੜਤਾ ਪਾਕੀਆਂ ਵਾਲਾ ਨਵਾਂ ਸਵਾਇਆ ਨਹੀਂ ਜਾਂਦਾ, ਜਪਦਾ ਕੁੜਤਾ ਪਾਕੀਆਂ ਵਾਲਾ ਨਵਾਂ ਸਵਾਇਆ ਨਹੀਂ ਜਾਂਦਾ, ਉਹ ਨਵਾਂ ਸਵਾਇਆ ਨਹੀਂ ਜਾਂਦਾ। ਹਾਏ ਹਾਏ ਹਾਏ, ਕਿਆ ਬਾਤ ਹੈ ਜੀ, ਨਵਾਂ ਸਵਾਇਆ ਨਹੀਂ ਜਾਂਦਾ, ਬਹੁਤ ਹੀ ਵਧੀਆ। ਤੇ ਵੀਰ ਜੀ, ਇਸ ਧਾਮੀ ਵੀਰ ਜੀ ਇੱਕ ਛੋਟੀ ਜਿਹੀ ਗੱਲ ਕਰਨਾ ਚਾਹਾਂਗਾ, ਵੈਸੇ ਪਰਸਨਲ ਜਿਹੀ ਆ, ਬਈ ਤੁਸੀਂ ਬਹੁਤ ਉੱਚੀ ਸੁਰ ਵਿੱਚ ਗਾਉਂਦੇ ਹੋ ਤੇ ਲਾਈਕ ਮਾਈਕ ਵੀ ਮਤਲਬ ਹਿੱਲ ਜਾਂਦਾ ਸਪੀਕਰ ਜਿਹਾ ਥੋੜਾ ਜਿਹਾ, ਤੇ ਇਸ ਤਰ੍ਹਾਂ ਕੀ ਰਾਜ ਹੈ ਇਸ ਬਾਰੇ ਵਿਚਾਰਨਾ ਪਾਓ, ਮਤਲਬ ਕਿੱਦਾਂ ਹਮੇਸ਼ਾ ਬੜੇ ਉੱਚੀ ਸੁਰ ਚ ਗਾਉਂਦੇ ਹੋ, ਦਿਲ ਨੂੰ ਮਤਲਬ ਖੁੱਲ ਕੇ ਗਾਉਂਦੇ ਹੋ ਪੰਜਾਬੀ ਚ ਕਿਹਾ ਜਾਵੇ ਤਾਂ। ਬਸ ਜੀ, ਸ਼ੁਰੂ ਤੋਂ ਆਪ ਅੱਖਾਂ ਮੀਚ ਕੇ ਉੱਚੀ ਗਾਉਣ ਦੀ, ਫੋਕ ਗਾਉਣ ਦੀ, ਜਿੱਦਾਂ ਬਿੰਦ ਰੱਖੀਏ ਸਾਹਿਬ ਜੀ ਨੂੰ ਸੁਣਿਆ, ਬਹੁਤ ਉਹਨਾਂ ਦੀ ਪਿਆਰੀ ਆਵਾਜ਼ ਲੱਗਦੀ ਸੀਗੀ, ਤੇ ਸ਼ੁਰੂ ਤੋਂ ਇਹ ਤਮੰਨਾ ਸੀ ਵੀ ਉੱਚੇ ਤੋਂ ਉੱਚਾ ਗਾਇਆ ਜਾਵੇ, ਵੀ ਆਵਾਜ਼ ਪਸੰਦ ਕਰਨ ਫੋਕ ਆਵਾਜ਼, ਜਿੱਦਾਂ ਉਸਤਾਦ ਜੀ ਵੀ ਦੱਸਦੇ ਨੇ ਵੀ ਤੇਰੀ ਫੋਕ ਆਵਾਜ਼ ਆ, ਵੀ ਪਹਿਲਾ ਸੁਰ ਦੂਜਾ ਸੁਰ ਇੱਥੋਂ ਸਟਾਰਟਿੰਗ ਹੁੰਦੀ ਹੈ ਜੀ। ਬਹੁਤ ਧੰਨਵਾਦ ਕਰਦਾ ਪਰਮਾਤਮਾ ਦਾ ਜੀ ਜੋ ਇਹ ਆਵਾਜ਼ ਬਖਸ਼ੀ। ਬਹੁਤ ਵਧੀਆ ਗੱਲ ਹੈ ਵੀਰ ਜੀ ਕੀ, ਬਹੁਤ ਵਧੀਆ, ਤੁਹਾਡੇ ਉਸਤਾਦ ਲੋਕਾਂ ਦਾ ਵੀ ਬਹੁਤ ਧੰਨਵਾਦ ਹੈ ਜੀ, ਉਹਨਾਂ ਦੀਆਂ ਗਤੀਆਂ ਤੋਂ ਬਿਨਾਂ ਤਾਂ ਕੋਈ ਵੀ ਪੱਤਾ ਵੀ ਨਹੀਂ ਹਿਲਦਾ, ਤੇ ਉਹਨਾਂ ਨੂੰ ਵੀ ਜੀ ਇਸਦਾ ਪੂਰਾ ਜੀ ਆਸ਼ੀਰਵਾਦ ਜਾਂਦਾ, ਤੇ ਬਹੁਤ ਹੀ ਖੂਬ ਤੇ ਬਹੁਤ ਹੀ ਵਧੀਆ ਗੱਲ। ਤੇ ਵੀਰ ਜੀ, ਜਿਸ ਤਰ੍ਹਾਂ ਮੈਂ ਪੁੱਛਣਾ ਚਾਹੂੰਗੀ, ਜਿਸ ਤਰ੍ਹਾਂ ਕਿ ਇੱਕ ਪੰਜਾਬੀ ਇੰਡਸਟਰੀ ਦੇ ਨਾਲ ਨਾਲ, ਇੱਕ ਮਿਊਜ਼ਿਕ ਇੰਡਸਟਰੀ ਦੇ ਨਾਲ ਨਾਲ, ਅੱਜ ਕੱਲ੍ਹ ਇੱਕ ਜਿਹੜੀ ਬੋਲੀਵੁੱਡ ਇੰਡਸਟਰੀ ਨੇ ਇੱਕ ਸਪੇਸ ਬਣਾਈ ਆ, ਫਿਲਮਾਂ ਨੇ ਪੰਜਾਬੀ ਮੂਵੀਆਂ ਨੇ ਇੱਕ ਬੋਲੀਵੁੱਡ ਮੂਵੀਆਂ ਦੇ ਇੱਕ ਟੱਕਰ ਦੇ ਰਹੇ ਨੇ, ਤੇ ਸਾਡੀ ਸਪੇਸ ਵੀ ਬਹੁਤ ਬਣ ਚੁੱਕੀ ਹੈ ਇਸ ਤਰੀਕੇ ਦੀ, ਤੇ ਜਦੋਂ ਤੁਹਾਡੇ ਵੀ ਕੁਛ ਫਰੈਂਡਸ ਜਾਂ ਤੁਹਾਡੇ ਚਾਹੁਣ ਵਾਲੇ ਲਿਸਨਰਸ ਜਾਂ ਤੁਹਾਨੂੰ ਇਸ ਤਰ੍ਹਾਂ ਦਾ ਕਹਿੰਦੇ ਨੇ ਤੇ ਤੁਹਾਨੂੰ ਕਿਸੇ ਮੂਵੀ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ, ਤੇ ਤੁਹਾਡੇ ਕੀ ਵਿਊਜ਼ ਹੋਣਗੇ, ਕਿ ਤੁਸੀਂ ਉਸ ਤੇ ਥੋੜਾ ਜਿਹਾ ਜਾਣ ਦੀ ਕੋਸ਼ਿਸ਼ ਕਰੋਗੇ, ਜਾਂ ਤਾਂ ਤੁਸੀਂ ਚਾਹੁੰਦੇ ਹਜੇ ਕਿ ਨਹੀਂ ਹਜੇ ਮੈਨੂੰ ਇਸ ਚੀਜ਼ ਦੀ ਲੋੜ ਨਹੀਂ ਜੀ? ਨਹੀਂ ਹਜੇ, ਜੇ ਕਹੀਏ ਤਾਂ ਹਜੇ ਬਹੁਤ ਰਿਆਜ਼ ਰਿਹਰਸਲ ਦੀ ਲੋੜ ਹੈ ਜੀ, ਸਿੰਗਿੰਗ ਦੇ ਵਿੱਚ ਹੀ ਬਹੁਤ ਰਿਆਜ਼ ਰਿਹਰਸਲ ਦੀ ਲੋੜ ਹੈ, ਐਕਟਿੰਗ ਤਾਂ ਬਹੁਤ ਦੂਰ ਹੈ ਜੀ, ਬਾਕੀ ਚਾਹਤ ਹੈ ਜੀ ਇਸ ਲਾਈਨ ਦੇ ਵਿੱਚ ਮਾਡਲਿੰਗ ਵਗੈਰਾ ਐਕਟਿੰਗ ਦੇ ਵਿੱਚ, ਪਰ ਹਲੇ ਨਹੀਂ, ਹਜੇ ਤਿਆਰੀ ਦੀ ਬਹੁਤ ਲੋੜ ਹੈ ਜੀ, ਕਿਉਂਕਿ ਬਹੁਤ ਦੂਰ ਨੇ ਘਰ ਇਹਨਾਂ ਚੀਜ਼ਾਂ ਦੇ ਜੀ, ਇਹੀ ਕਹਿਣਾ ਚਾਹਾਂਗਾ ਜੀ ਹਜੇ ਫਿਲਹਾਲ ਨਹੀਂ, ਫਿਲਹਾਲ ਹਜੇ ਸਿੰਗਿੰਗ, ਉਸ ਤੋਂ ਬਾਅਦ ਜੇ ਕਿਤੇ ਵਧੀਆ ਮੌਕਾ ਮਿਲੇ ਤਾਂ ਜ਼ਰੂਰ ਜੀ ਐਕਟਿੰਗ ਜ਼ਰੂਰ। ਕਿਆ ਬਾਤ ਹੈ ਜੀ, ਬਹੁਤ ਵਧੀਆ ਜੀ, ਕਿਤੇ ਚਾਹੁਣ ਵਾਲਿਆਂ ਦੇ ਨੇ ਕਿਹਾ ਤੇ ਬਹੁਤ ਵਧੀਆ ਜੀ। ਤੇ ਨਾਲ ਦੀ ਨਾਲ ਸਾਡੇ ਮੈਸੇਜ ਆਇਆ ਵੀਰ ਰੈਂਕੂ ਵੀਰ ਦਾ, ਤੇ ਕਹਿੰਦਾ ਜੀ ਸਤਿ ਸ਼੍ਰੀ ਅਕਾਲ ਸ਼ੁਭੀਰ ਜੀ, ਆਲਸੋ ਧਾਮੀ ਵੀਰ ਜੀ, ਵੈਲ ਵੈਲਕਮ ਟੂ ਰੇਡੀਓ ਵਿਰਸਾ, ਚੱਕ ਦੇ ਕੰਮ ਨੂੰ ਮੇਰਾ ਵੀਰ ਜਿਉਂਦਾ ਰਹਿ। ਤੇ ਬਿਲਕੁਲ ਜੀ ਰਿੰਕੂ ਰਾਏ ਫਰੋਮ USA ਵਾਲੇ ਹੋ, ਤੇ ਬਿਲਕੁਲ ਜੀ ਵੀਰ ਜਿਉਂਦਾ ਰਹੂਗਾ। ਤੇ ਵਸੀਮ ਸਾਹਿਬ ਓਕੇ ਜੀ, ਕੋਈ ਗੱਲ ਨਹੀਂ, ਮੈਂ ਤੁਹਾਡੀ ਕੋਲ ਜ਼ਰੂਰ ਚੱਕਣ ਦੀ ਕੋਸ਼ਿਸ਼ ਕਰਾਂਗਾ। ਤੇ ਹਰਲੀਨ ਕੌਰ ਜੀ ਇਟਾਲੀਆ ਵਾਲੀ ਕਹਿੰਦੇ ਜੀ ਹਰਲੀਨ ਕੌਰ ਸਤਿ ਸ਼੍ਰੀ ਅਕਾਲ, ਗੁੱਡ ਜੋਬ ਵੀਰ, ਪਲੀਜ਼ ਵੈਰੀ ਨਾਈਸ ਸੌਂਗ ਆ ਵੀਰ ਜੀ, ਤੇ ਇਸ ਤਰ੍ਹਾਂ ਹੀ ਤੁਸੀਂ ਚੱਕ ਦਿਓ ਕੰਮ ਨੂੰ ਹੁਣ ਪੰਜਾਬੀ ਦੇ ਸੌਂਗ। ਧੰਨਵਾਦ ਕਰਦੇ ਜੀ ਹਰਲੀਨ ਕੌਰ ਜੀ, ਤੁਸੀਂ ਚੱਕ ਦਿਓ ਪੰਜਾਬੀ ਦੇ ਸੌਂਗ, ਤੇ ਪੰਜਾਬੀਆਂ ਨੇ ਪੰਜਾਬੀ ਦੇ ਸੌਂਗ ਨਹੀਂ ਚੱਕਣੇ, ਹੋਰ ਇੰਗਲਿਸ਼ ਦੇ ਚੱਕਣੇ ਆ ਕੁੜੀਏ, ਤੇ ਜ਼ਰੂਰ ਚੱਕ ਕੇ ਰੱਖਾਂਗੇ ਕੰਮ ਨੂੰ, ਹਨਾ ਜਿੱਥੇ ਪੰਜਾਬੀਆਂ ਦੀ ਹੋਗੀ ਬੱਲੇ ਨੇ, ਬਲੇ ਢੋਲ ਵੱਜਿਆ ਤੇ ਪੰਜਾਬੀ ਨੱਚੇ ਨੀ। ਤੇ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਵੀ ਹਰਲੀਨ ਕੌਰ ਭੈਣੇ, ਸਤਿ ਸ਼੍ਰੀ ਅਕਾਲ ਕਹਾਂਗਾ ਤੁਹਾਨੂੰ ਵੀ। ਤੇ ਨਾਲ ਦੀ ਨਾਲ ਸਾਡਾ ਵੀਰ ਹਰਮਨ ਫਰੋਮ USA ਵਾਲਾ ਕਹਿੰਦਾ ਜੀ ਗੁੱਡ ਜੋਬ ਵੈਰੀ ਨਾਈਸ, ਤੇ ਸਤਨਾਮ ਸਿੰਘ ਟਰੱਕ ਡਰਾਈਵਰ ਕਹਿੰਦਾ ਜੀ ਟਰੱਕ ਵਿੱਚ ਜਾ ਰਿਹਾ ਵੀਰ ਜੀ, ਤੇ ਚੱਕ ਦਿਓ ਮਾੜੀ ਜੀ ਆਵਾਜ਼ ਵੀਰ ਜੀ ਨੂੰ ਕਹੇ, ਤੇ ਬਾਈ ਤੂੰ ਟਰੱਕ ਦੀ ਰੇਸ ਘਟਾ ਲਾ ਥੋੜੀ ਜਿਹੀ, ਹਨਾ, ਤੇ ਚੱਕ ਦਿਓ ਆਵਾਜ਼ ਵੀਰ ਜੀ ਨੂੰ, ਚੱਕ ਦਿੰਦੇ ਜੀ ਜ਼ਰੂਰ ਚੱਕ ਦਾਂਗੇ ਆਵਾਜ਼।
पार्टी नरेंद्र वीर भी ट्रक जा रहे हैं, कहते गुड जॉब ब्रो टेक इट अप ब्लस यू तामी वीर जी बस दा रहे वीरा धन्यवाद करांगे नरेंद्र वीर जी ता भी सारे का बहुत प्यारा लगता। ते नाल दी नाल बिट्टू बैंस वीर जी का मैसेज आया जी ओ धामी वीरे नूं सति श्री अकाल वीरे आए 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 क्या बात है जी सुपर बिल्कुल जी धन्यवाद करांगा तुहाडा बहुत बहुत ते सारिआं दा बहुत ही वधिया। ते धामी वीर जी मैं पुछना चाहूंगा कि जिदा यह ट्रैक तुसी एक एनी आइडिया या गैस फाइनल किस डेट तक जिहड़ा तुहाडे चाहण वालिआं नूं मार्केट दे विच मिल जाऊगा मार्केट विच चाहण वाले झोली विच पा रहे हो? भाई जी कोशिश करांगे जल्दी तो जल्दी जिदा इना प्यार मिला कुर्ता सोंग नूं यूट्यूब बहुत कमेंट ते बहुत व्यू हो रहे ने ओदा ही ये सोंग भी जल्दी तो जल्दी कोशिश करांगे भी नियर अबाउट इसे ईयर दे विच विच अगस्त सितंबर नवंबर दिसंबर जदों भी परमात्मा नूं मंजूर होया उन्हां दी हजूरी बिना कुछ नहीं हो सकता जदों उन्हां नूं मंजूर होया उदों ही हाजिर करांगे। श्रोतियां नूं बहुत प्यार सत्कार बख्श रहे ने श्रोते जट दा कुर्ता ढाके वाले सोंग नूं मान करदे आ कि दूजे सोंग नूं भी इसे तरह ही प्यार सत्कार बख्शेंगे जी। बिल्कुल जी जरूर बख्शणगे। ते साडे को मोगे तो मैसेज आया साडा वीर गिल वीर कहिंदा जी ओ बहुत ही वधिया सति श्री अकाल वीर जी की हाल चाल आ। ते हां जी गिल वीर जी बस आजो कोई ना पौने पटाके आजो 15-20 मिंट दे ते आजो 10 मिंट दे आपां पौने पटाके ते कहिंदा जी सति श्री अकाल कह दिओ वीर संत धामी वीर जी नूं तां बहुत ही वधिया सोंग ते एक वारी न्यू सोंग दे बोल वीर जी गुनगुना के सुना दिओ ते जरूर गुनगुनाए जाणगे सोंग। ते वीर जी एक वारी एक वाले नवे सोंग जिहड़ा आ रहा उहदे दो क बोल जरूर प्लीज सुना दिओ। हां जी जरूर जी। हो यार मैं मंदी दा छल्ला मंदी बिना रह नहीं सकदा कल्ला यार मैं मंदी दा छल्ला मंदी बिना रह नहीं सकदा कल्ला जद ओ हलो आंख बलाउंदी मेरे सीने विच ठंड पाउंदी जद ओ हलो आंख बलाउंदी मेरे सीने विच ठंड पाउंदी कहिंदी मैं चली तू चला यारो मैं मुंदी दा छल्ला मुंदी बिना रह नहीं सकदा कल्ला यारो मैं मुंदी दा छल्ला मुंदी बिना रह नहीं सकदा कल्ला हाय 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 क्या मैं मुंदी दा छल्ला मुंदी बिना रह नहीं सकता कल्ला क्या बात है जी। ते ए बिल्कुल जी एक गठ जोड़ है दोनों दा ते जदों जोड़े नाल हो जावे ते मुद्दत नाल जोड़ बन जांदा ते बहुत वधिया गल बहुत ही प्यारा सोंग होगा वीर जी ते मार्केट विच पूरा पूरियां साडियां दवावां ने इस सोंग ले ते मार्केट विच पूरा पूरा घर करूगा दिलां दे उत्ते राज करूगा इह सोंग। तां वीर जी तुहाडे कोल पुछणा चाहूंगा कि जिस तरह तुसीं सिंगिंग लाइन कर दे हो जिदा तुहाडे पसंद करन वाले तुहानू हमेशा चाहण वाले तुहानू सुनना चाहुंदे ने मतलब तुहाडे नाल किस तरीके नाल उहनां नाल कॉन्टैक्ट किया जा सकता जे तुहाडे नाल कदे कॉन्टैक्ट करना होवे जां तुहाडा कोई फैन पेज उहदे बारे जरूर चानना पाओ कि तुहाडे जां कोई वैबसाइट उहदे बारे चानना जरूर पाओ कि किस तरह तुहाडे नाल लिंक आउट हो सकदे ने। हांजी हांजी सब तों पहलां तां मैं दस्सणा चाहांगा फेसबुक दे उप्पर एस धामी सर्च मार सकदे हो तुसीं एस धामी दे नाम ते फेसबुक उपर अपना ऑफिशियल पेज भी हैगा जी आईडी भी बनी है एस धामी दे नाम ते जी ते उस तो बाद मैं अपना कंटैक्ट नंबर दसना चाहूंगा जिस वीर नूं भी कोई भैन नूं गल करनी हुई जां किसे भी रिलेटड गीत दे जां किसे भी लाइफ दे विच रिलेटड कोई भी गल जां कोई सब तों गलती होगी होवे उस बारे कुछ कहना होवे मैं जरूर नंबर दसना चाहूंगा 9888631385 9888631385 9888631385 ਤੇ ਇਹ ਨੰਬਰ ਮੇਰਾ ਤੇ ਇੱਕ ਨੰਬਰ ਹੋਰ ਆਈ ਉਹ ਵੀ ਨੋਟ ਕਰ ਸਕਦੇ ਹੋ 82 84 00 84 85 82 84 00 84 85 ਹਾਂਜੀ ਕਿਆ ਬਾਤ ਹੈ ਵੀਰ ਜੀ ਬਹੁਤ ਹੀ ਵਧੀਆ ਤੁਸੀਂ ਗੱਲ ਕੀਤੀ ਕਿ ਕਈ ਵਾਰੀ ਤੁਹਾਡੇ ਕੋਲ ਬਹੁਤ ਵਧੀਆ ਰਾਈਟਰਸ ਹੁੰਦੇ ਨੇ ਜਾਂ ਤੁਹਾਨੂੰ ਮਿਲਣਾ ਚਾਹੁੰਦੇ ਨੇ ਤੇ ਉਹ ਤੁਹਾਡੇ ਤੱਕ ਪਹੁੰਚ ਸਕਦੇ ਨੇ ਬੜੇ ਖੁੱਲੇ ਦਿਲ ਨਾਲ ਤੁਸੀਂ ਗੱਲ ਕੀਤੀ ਕਿਉਂਕਿ ਬਹੁਤ ਵਧੀਆ ਬਹੁਤ ਹੀ ਸੋਹਣਾ ਲੱਗਦਾ। ਤੇ ਵੀਰ ਜੀ ਇੱਕ ਜਾਂਦੇ ਜਾਂਦੇ ਇੱਕ ਲਾਸਟ ਮੈਸੇਜ ਕੋਈ ਸੰਦੇਸ਼ ਤੁਹਾਡੇ ਚਾਹਣ ਵਾਲਿਆਂ ਲਈ ਤੁਹਾਨੂੰ ਪਸੰਦ ਕਰਨ ਵਾਲਿਆਂ ਲਈ ਜਰੂਰ ਦੇ ਦਿਓ।
हां जी यही कहना चाहूंगा, साफ सुथरे गीत गावांगा अगे भी ते गाया भी है, ते सारे नौजवान पीढ़ी नूं यही कहांगा कि नशे तो बचो, माता पिता का सत्कार करो, वड्डियां नूं प्यार करो, वड्डियां का सत्कार करो, छोटियां नूं प्यार करो, सब लई अपने दिल विच इको ही जगह रखो, कोई वड्डा छोटा नहीं, कोई जात पात नहीं, कोई भेदभाव नहीं, करप्शन नूं दूर रखो, जिन्ना हो सके अपनी मां बोली पंजाबी नूं बचा के रखो, क्योंकि जिदा भी असीं देखदे आ वड्डे शहरां दे विच वी छड्डो, छोटे पिंडां दे विच वी शहरां दे विच वी आपां देखदे आ वी जेकर कोई मुंडा पंजाबी बोलदा है तां उसनूं पिछड़ा जां उसनूं कहा जाता है कि भी ये देसी है, तो आप सारे वीर ही कहेंगे भी आप देसी हाँ, पंजाबियों की पहचान ही देसी तो है, देसी ही बन के रहो, देसी ही कहो अपने आप को, देसी जो अपनी भाषा पंजाबी देसी है तो इन देसी ही रखो, जो अपनी भाषा है उसनू ना भुलो, जो बाहर जमे पले ने अपने वीर फौज ने इंग्लिश उन्होंने मात भाषा तो वह इंग्लिश यूज करते हैं, तो आप भी पंजाबी ही यूज करनी चाहिए है, बस मैं यही संदेश कहांगा, तो माँ बापा का जरूर सत्कार से प्यार करो, बस यही आखिरी मेरी गल है, क्योंकि माँ बाप सब कुछ ने रब ने जो उन्होंने मैं प्यार सत्कार किया तो परमात्मा ही अपना पा लिया। वाह जी वाह, क्या बात है जी, बहुत वधिया संदेश दिता साडे अस्तामी वीर जी ने, ते बहुत बहुत धन्यवाद करांगा जी अस्तामी साहब ताडा, ते तुसी मेरे नाल इस तरह बने रहोगे ते आपां तुहानूं गड्डी च छड्ड के आउने आ बस दो मिंट वाले। ਨੰਗ ਤੜੰਗੇ ਰੋਂਦੇ ਨਿਆਣੇ।